ਮੈਕਰੋਇਕਨੋਮਿਕਸ ਪਾਰਟ 2 ਕੋਰਸ ਕੋਡ BECC 134 ਦੇ ਵਿੱਚ ਅੱਜ ਅਸੀਂ ਡਿਸਕਸ ਕਰਾਂਗੇ ਬੈਲੈਂਸ ਆਫ ਪੇਮੈਂਟਸ ਦੀ ਭੁਗਤਾਨ ਦਾ ਬਕਾਇਆ। ਬੰਦ ਅਰਥਵਿਵਸਥਾ ਦੇ ਵਿੱਚ ਇੱਕ ਦੇਸ਼ ਦੂਸਰੇ ਦੇਸ਼ਾਂ ਦੇ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਆਦਾਨ ਪ੍ਰਦਾਨ ਨਹੀਂ ਕਰਦਾ, ਨਾ ਇੰਪੋਰਟ ਕਰਦਾ ਹੈ ਨਾ ਐਕਸਪੋਰਟ ਕਰਦਾ। ਲੇਕਿਨ ਅੱਜ ਦੇ ਯੁੱਗ ਦੇ ਵਿੱਚ ਚਾਹੇ ਕੋਈ ਦੇਸ਼ ਵਿਕਸਿਤ ਹੋਵੇ ਚਾਹੇ ਅਣਵਿਕਸਿਤ ਹੋਵੇ, ਲਗਭਗ ਸਾਰੇ ਕੰਟਰੀ ਜਿਹੜੇ ਨੇ ਉਹ ਇੱਕ ਦੂਸਰੇ ਦੇਸ਼ਾਂ ਦੇ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਵਪਾਰ ਕਰਦੇ। ਤਾਂ ਜਿਹੜੇ ਕੰਟਰੀਜ ਦੂਸਰੇ ਦੇਸ਼ਾਂ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਵਪਾਰ ਕਰਦੇ ਹਨ ਤਾਂ ਉਸਨੂੰ ਅਸੀਂ ਓਪਨ ਇਕੋਨਮੀ ਜਾਂ ਖੁੱਲ੍ਹੀ ਅਰਥਵਿਵਸਥਾ ਕਹਿੰਦੇ ਹਾਂ। ਲੇਕਿਨ ਇਹ ਜਿਹੜੀ ਖੁੱਲ੍ਹਾਪਣ ਹੈ, ਮਤਲਬ ਕਿਸ ਹੱਦ ਤੱਕ ਉਹ ਇੰਪੋਰਟ ਅਤੇ ਐਕਸਪੋਰਟ ਕਰਦੇ ਹੈ, ਇਹ ਕੰਟਰੀ ਟੂ ਕੰਟਰੀ ਜਿਹੜੀ ਹੈ ਵੇਰੀ ਕਰਦੀ ਹੈ। ਤਾਂ ਜਿਹੜੇ ਓਪਨਨੈਸ ਹੈ, ਜਿਹੜੀ ਖੁੱਲ੍ਹੀ ਅਰਥਵਿਵਸਥਾ ਦੇ ਤਿੰਨ ਵੱਖਰੇ ਵੱਖਰੇ ਪਹਿਲੂ ਨੇ, ਇੱਕ ਤਾਂ ਗੁੱਡਸ ਮਾਰਕੀਟ ਦੇ ਵਸਤੂਆਂ ਬਾਜ਼ਾਰ ਦੇ ਵਸਤੂ ਬਾਜ਼ਾਰ ਦੇ ਵਿੱਚ ਇੰਪੋਰਟ ਅਤੇ ਐਕਸਪੋਰਟ ਹੋ ਸਕਦਾ ਹੈ। ਇਸੇ ਨਾਲ ਜਿਹੜੇ ਕੰਜ਼ੂਮਰਸ ਨੇ, ਉਪਭੋਗੀ ਨੇ ਅਤੇ ਫਾਰਮ ਜਿਹੜੇ ਨੇ ਉਹ ਚੂਜ਼ ਕਰਦੀਆਂ, ਮਤਲਬ ਚੁਣਾਵ ਕਰਦੀਆਂ ਕਿ ਕਿਹੜੀਆਂ ਵਸਤੂਆਂ ਉਹਨਾਂ ਨੇ ਡੋਮੈਸਟਿਕ ਲੈਣੀਆਂ, ਕਿਹੜੀਆਂ ਵਸਤੂਆਂ ਜਿਹੜੀਆਂ ਫੋਰਨ ਗੁੱਡਸ ਲੈਣੀਆਂ। ਦੂਸਰੀ ਜਿਹੜੀ ਓਪਨਨੈਸ ਹੈ ਉਹ ਹੈ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ, ਜਿਸ ਦੇ ਵਿੱਚ ਜਿਹੜੇ ਫਾਈਨੈਂਸ਼ੀਅਲ ਇਨਵੈਸਟਰਸ ਨੇ ਉਹ ਡੋਮੈਸਟਿਕ ਅਤੇ ਫੋਰਨ ਐਸੈਟਸ ਦੇ ਵਿੱਚ ਚੁਆਇਸ ਕਰਦੇ। ਤੀਸਰੀ ਜਿਹੜੀ ਓਪਨਨੈਸ ਹੈ ਉਹ ਫੈਕਟਰ ਮਾਰਕੀਟ ਹੈ, ਜਿਹਦੇ ਵਿੱਚ ਫਾਰਮਸ ਕੋਲ ਆਪਸ਼ਨ ਹੁੰਦੀ ਹੈ ਕਿ ਕਿੱਥੇ ਉਹਨਾਂ ਨੇ ਪ੍ਰੋਡਕਸ਼ਨ ਨੂੰ ਲਗਾਉਣਾ ਹੈ ਅਤੇ ਵਰਕਰਸ ਨੂੰ ਚੂਜ਼ ਕਰਨਾ ਹੈ, ਉਹ ਉਸਦੇ ਵਿੱਚ ਚੁਆਇਸ ਕਰ ਸਕਦੇ ਹਨ। ਤਾਂ ਜਿਹੜੀ ਓਪਨਨੈਸ ਇਨ ਗੁੱਡਸ ਮਾਰਕੀਟ ਹੈ ਜਾਂ ਸਰਵਿਸਿਸ ਮਾਰਕੀਟ ਹੈ, ਇਸਦੇ ਵਿੱਚ ਜਿਹੜੇ ਰੈਜੀਡੈਂਟਸ ਨੇ ਉਹ ਚੁਆਇਸ ਕਰਦੇ ਹੈ ਕਿ ਡੋਮੈਸਟਿਕ ਗੁੱਡਸ ਅਤੇ ਫੋਰਨ ਗੁੱਡਸ ਦੇ ਵਿੱਚ ਕਿਹੜੀ ਵਸਤੂਆਂ ਉਹਨਾਂ ਨੇ ਆਪਣੇ ਦੇਸ਼ ਵਿੱਚ ਬਣੀਆਂ ਹੋਈਆਂ ਵਸਤੂਆਂ ਦੇਸ਼ ਵਿੱਚ ਬਣੀਆਂ ਹੋਈਆਂ ਲੈਣੀਆਂ ਜਾਂ ਵਿਦੇਸ਼ੀ ਵਸਤੂਆਂ ਲੈਣੀਆਂ, ਤਾਂ ਉਹ ਡਿਪੈਂਡ ਕਰਦਾ ਹੈ ਕਿ ਜਿਹੜੀ ਤੁਲਨਾਤਮਕ ਕੀਮਤ ਹੈ ਉਹ ਕਿੰਨੀ ਹੈ, ਕਿ ਸਾਡੇ ਦੇਸ਼ ਵਿੱਚ ਬਣੀਆਂ ਹੋਈਆਂ ਵਸਤੂਆਂ ਮਹਿੰਗੀਆਂ ਨੇ ਜਾਂ ਵਿਦੇਸ਼ੀ ਵਸਤੂਆਂ ਜਿਹੜੀਆਂ ਨੇ ਸਸਤੀਆਂ ਨੇ। ਤਾਂ ਇਸ ਕਿਸ ਦਰ ਦੇ ਨਾਲ ਦੇਸ਼ੀ ਅਤੇ ਵਿਦੇਸ਼ੀ ਵਸਤੂਆਂ ਦਾ ਐਕਸਚੇਂਜ ਹੁੰਦਾ ਹੈ, ਇਸ ਨੂੰ ਅਸੀਂ ਰੀਅਲ ਐਕਸਚੇਂਜ ਰੇਟ ਕਹਿ ਦਿੰਦੇ। ਤਾਂ ਹੁਣ ਜੇ ਅਸੀਂ ਬੈਲੈਂਸ ਆਫ ਪੇਮੈਂਟਸ ਦੀ ਗੱਲ ਕਰੀਏ ਕਿ ਭੁਗਤਾਨ ਬਾਕੀ ਕੀ ਹੁੰਦੀ, ਤਾਂ ਵਿਦੇਸ਼ੀ ਜਿਹੜੀ ਮੁਦਰਾ ਹੈ, ਵਿਦੇਸ਼ੀ ਐਕਸਚੇਂਜ ਹੈ, ਉਹਦੀ ਮਾਰਕੀਟ ਜਿਹੜੀ ਹੈ ਉਸਦੀ ਜਿਹੜੀ ਡਿਮਾਂਡ ਹੈ ਉਹ ਇਨਕਰੀਜ ਹੁੰਦੀ ਹੈ ਜੇ ਅਸੀਂ ਵਸਤੂਆਂ ਨੂੰ ਇੰਪੋਰਟ ਜ਼ਿਆਦਾ ਕਰਦੇ ਹਾਂ। ਜੇ ਐਕਸਪੋਰਟ ਕਰਦੇ ਹਾਂ ਤਾਂ ਸਾਨੂੰ ਵਿਦੇਸ਼ੀ ਮੁਦਰਾ ਜਿਹੜੀ ਹੈ ਉਹ ਪ੍ਰਾਪਤ ਹੋਏਗੀ। ਤਾਂ ਹੁਣ ਬੈਲੈਂਸ ਆਫ ਪੇਮੈਂਟ ਦੀ ਡੈਫੀਨੇਸ਼ਨ, ਜਿਹੜਾ ਬੈਲੈਂਸ ਆਫ ਪੇਮੈਂਟ ਹੈ ਇੱਕ ਰਿਕਾਰਡ ਹੈ ਜਿਹੜੀ ਕਿ ਸਾਨੂੰ ਰੈਜੀਡੈਂਟਸ ਆਫ ਦਾ ਕੰਟਰੀ ਅਤੇ ਵਿਦੇਸ਼ਾਂ ਦੇ ਨਾਲ, ਰੈਸਟ ਆਫ ਦਾ ਵਰਲਡ ਦੇ ਨਾਲ ਜੋ ਵੀ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਜੋ ਵੀ ਲੈਣ ਦੇਣ ਹੁੰਦਾ ਉਹਦਾ ਇੱਕ ਸਿੰਪਲ ਰੂਲ ਹੈ ਬੈਲੈਂਸ ਆਫ ਪੇਮੈਂਟ ਅਕਾਊਂਟਿੰਗ ਦਾ, ਕਿ ਕੋਈ ਵੀ ਜਿਹੜੀ ਟ੍ਰਾਂਜੈਕਸ਼ਨਸ ਹੈ ਉਹਦੇ ਨਾਲ ਸਾਨੂੰ ਪੇਮੈਂਟ ਜਾਂ ਪ੍ਰਾਪਤ ਹੋਏਗੀ
ਜਾਂ ਅਸੀਂ ਪੇਮੈਂਟ ਜਿਹੜੀ ਹੈ ਉਹ ਦੇਣੀ ਹੋਵੇਗੀ। ਤਾਂ ਜਿਸ ਤਰ੍ਹਾਂ ਇਸ 10.1 ਟੇਬਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਡਬਲ ਐਂਟਰੀ ਹੈ, ਇੱਕ ਪਾਸੇ ਕ੍ਰੈਡਿਟਸ ਹੈ, ਇੱਕ ਪਾਸੇ ਡੈਬਿਟ, ਮਤਲਬ ਜਿਹੜੀਆਂ ਸਾਨੂੰ ਪ੍ਰਾਪਤ ਹੋਣੀ ਹੈ। ਜੇ ਅਸੀਂ ਵਸਤੂਆਂ ਨੂੰ ਐਕਸਪੋਰਟ ਕਰਦੇ ਹਾਂ ਤਾਂ ਸਾਨੂੰ ਮੁਦਰਾ ਪ੍ਰਾਪਤ ਹੋਏਗੀ, ਵਿਦੇਸ਼ੀ ਮੁਦਰਾ। ਜੇ ਐਕਸਪੋਰਟ ਅਸੀਂ ਕਰਦੇ ਹਾਂ ਸਰਵਿਸਿਸ ਦਾ ਤਾਂ ਵੀ ਸਾਨੂੰ ਵਿਦੇਸ਼ੀ ਮੁਦਰਾ ਪ੍ਰਾਪਤ ਹੋਏਗੀ। ਜੇ ਗਿਫਟਸ ਅਤੇ ਵਗੈਰਾ ਸਾਨੂੰ ਦੂਜੇ ਦੇਸ਼ਾਂ ਤੋਂ ਪ੍ਰਾਪਤ ਹੋਣਾ ਹੈ ਤਾਂ ਇਹ ਵੀ ਸਾਨੂੰ ਪ੍ਰਾਪਤ ਹੋਏਗੀ। ਇਸ ਦੇ ਉਲਟ ਜੇ ਵਸਤੂਆਂ ਅਤੇ ਸੇਵਾਵਾਂ ਦਾ ਅਸੀਂ ਆਯਾਤ ਕਰਦੇ ਹਾਂ ਜਾਂ ਅਸੀਂ ਦੂਸਰੇ ਦੇਸ਼ਾਂ ਨੂੰ ਗਿਫਟ ਪੇ ਕਰਦੇ ਹਾਂ ਤਾਂ ਇਹ ਸਾਡਾ ਡੈਬਿਟ ਹੋਏਗਾ। ਜਿਹੜੀ ਕੈਪੀਟਲ ਰਿਸੀਟਸ ਨੇ, ਜੇ ਅਸੀਂ ਬੋਰੋ ਕਰਦੇ ਹਾਂ ਜਾਂ ਕੈਪੀਟਲ ਦੀ ਰੀਪੇਮੈਂਟ ਕਰਦੇ ਹਾਂ ਜਾਂ ਸੇਲ ਆਫ ਐਸੈਟਸ ਕਰਦੇ ਹਾਂ ਵਿਦੇਸ਼ੀਆਂ ਨੂੰ, ਤਾਂ ਇਹ ਉਹਦੇ ਨਾਲ ਸਾਨੂੰ ਪੂੰਜੀ ਜਿਹੜੀ ਹੈ ਪ੍ਰਾਪਤ ਹੋਏਗੀ। ਜੇ ਪੂੰਜੀ ਦਾ ਭੁਗਤਾਨ ਕਰਦੇ ਹਾਂ, ਅਸੀਂ ਉਧਾਰ ਦਿੰਦੇ ਹਾਂ ਜਾਂ ਕੈਪੀਟਲ ਦੀ ਰੀਪੇਮੈਂਟ ਕਰਦੇ ਹਾਂ ਜਾਂ ਪਰਚੇਜ ਆਫ ਐਸੈਟਸ ਟੂ ਦਾ ਫੋਰਮਰਸ ਕਰਦੇ ਹਾਂ ਤਾਂ ਇਹ ਸਾਡੀ ਡੈਬਿਟਸ ਹੋਣਗੇ। ਤਾਂ ਡੈਬਿਟਸ ਨੂੰ ਜੇ ਅਸੀਂ ਟੋਟਲ ਡੈਬਿਟਸ ਨੂੰ ਐਡ ਕਰ ਰਹੇ ਹੋ ਤਾਂ ਇਹ ਟੋਟਲ ਪੇਮੈਂਟ ਹੋ ਗਈ। ਜੇ ਅਸੀਂ ਕੈਸ਼ ਨੂੰ ਐਡ ਕਰਦੇ ਹਾਂ ਤਾਂ ਇਹ ਹੋ ਗਿਆ ਟੋਟਲ ਰਿਸੀਟਸ ਹੋ ਗਿਆ। ਤਾਂ ਇਸ ਟੇਬਲ ਦੇ ਵਿੱਚ ਜਿਹੜਾ ਲੈਫਟ ਹੈਂਡ ਸਾਈਡ ਹੈ ਉਹ ਸਾਨੂੰ ਤਰੀਕੇ ਦੱਸਦਾ ਹੈ ਕਿ ਵਿਦੇਸ਼ੀ ਮੁਦਰਾ ਸਾਨੂੰ ਕਿਵੇਂ ਪ੍ਰਾਪਤ ਹੁੰਦੀ ਹੈ, ਅਤੇ ਜਿਹੜਾ ਰਾਈਟ ਹੈਂਡ ਸਾਈਡ ਹੈ, ਡੈਬਿਟ ਸਾਈਡ ਹੈ, ਕਿ ਅਸੀਂ ਵਿਦੇਸ਼ੀ ਮੁਦਰਾ ਨੂੰ ਕਿਵੇਂ ਫਸਟ, ਸੈਕਿੰਡ, ਫਿਫਥ ਅਤੇ ਸਿਕਸਥ ਨੂੰ ਇਕੱਠਾ ਕਰ ਲਈਏ ਤਾਂ ਇਹ ਟ੍ਰੇਡ ਆਈਟਮਸ ਬਣ ਜਾਂਦੇ। ਅਤੇ ਜੇ ਥਰਡ ਐਂਡ ਸੈਵਨਥ ਨੂੰ ਅਸੀਂ ਐਡ ਕਰ ਲਈਏ ਤਾਂ ਇਹ ਟ੍ਰਾਂਸਫਰ ਆਈਟਮਸ ਬਣ ਜਾਂਦੇ। ਤਾਂ ਜਿਹੜੀ ਥਰਡ ਹੈ ਇਹ ਰਿਸੀਟਸ ਹੈ ਫਰੋਮ ਦਾ ਰੈਜੀਡੈਂਟਸ ਔਫ ਦਾ ਕੰਟਰੀ, ਜਿਹੜੀ ਰੈਜੀਡੈਂਸ ਕਰਦੀ ਹੈ ਫੋਰ ਦਾ ਫਰੀ ਵਿਦਆਊਟ ਹੈਵਿੰਗ ਐਨੀ ਫਿਊਚਰ ਪੇਮੈਂਟ। ਅਤੇ ਜਿਹੜੀ ਸੈਵਨਥ ਆਈਟਮ ਹੈ ਉਹ ਸਾਨੂੰ ਦੱਸਦੀ ਹੈ ਕਿ ਅਸੀਂ ਇੱਕ ਕੰਟਰੀ ਦੂਸਰੇ ਕੰਟਰੀ ਨੂੰ ਜੇ ਗਿਫਟਸ ਜਾਂ ਅਸਿਸਟੈਂਟਸ ਵਗੈਰਾ ਪ੍ਰੋਵਾਈਡ ਕਰਦੇ। ਜੇ 1, 2, 3, 5, 6 ਐਂਡ 7 ਇਹ ਸਾਰਿਆਂ ਨੂੰ ਅਸੀਂ ਐਡ ਕਰ ਲਈਏ, ਮਤਲਬ 1, 2, 3 ਨੂੰ ਐਡ ਕਰਕੇ 5, 6, 7 ਇਹਦੇ ਵਿੱਚੋਂ ਮਾਈਨਸ ਕਰ ਦਿਓ, ਇਹ ਸਾਨੂੰ ਟੋਟਲ ਸ਼ੋ ਕਰਦਾ ਕਿ ਕਰੰਟ ਪੀਰੀਅਡ ਦੇ ਵਿੱਚ ਜਿਹੜੀ ਹੈ ਅਸੀਂ ਕਿੰਨੀਆਂ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਨੂੰ ਐਕਸਪੋਰਟ ਅਤੇ ਇੰਪੋਰਟ ਕਰ ਰਹੇ। ਤਾਂ ਜੇ ਅਸੀਂ ਇਹਨਾਂ ਦੇ ਵਿੱਚ 4th ਐਂਡ 8th ਆਈਟਮ ਨੂੰ ਐਡ ਕਰ ਲਈਏ, ਇਹ 4th ਐਂਡ 8th ਆਈਟਮ ਥੋੜ੍ਹੀਆਂ ਡਿਫਰੈਂਟ ਨੇ, ਇਹ ਐਕਸਪ੍ਰੈਸ ਕਰਦੀ ਹੈ ਕਿ ਸਟੋਕ ਦੇ ਵਿੱਚ ਦੇ ਮੈਗਨੀਚਿਊਡ ਦੇ ਵਿੱਚ ਕਿੰਨਾ ਚੇਂਜ ਹੋ ਗਿਆ। ਅਤੇ ਇਸ ਨੂੰ ਅਸੀਂ ਕੈਪੀਟਲ ਰਿਸੀਟਸ ਅਤੇ ਕੈਪੀਟਲ ਪੇਮੈਂਟਸ ਕਹਿ ਦਿੰਦੇ। ਇਹ ਕੈਪੀਟਲ ਰਿਸੀਟਸ ਅਤੇ ਕੈਪੀਟਲ ਪੇਮੈਂਟ ਜਿਹੜੀਆਂ ਨੇ ਇੱਕ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਜਦੋਂ ਗੌਰਮੈਂਟ ਜਾਂ ਕੋਈ ਕਾਰਪੋਰੇਸ਼ਨ ਜਾਂ ਕੋਈ ਵਿਅਕਤੀ ਵਿਦੇਸ਼ਾਂ ਤੋਂ ਉਧਾਰ ਲੈਂਦਾ ਹੈ ਤਾਂ ਸਾਨੂੰ ਜਿਹੜਾ ਹੈ ਵਿਦੇਸ਼ੀ ਮੁਦਰਾ ਪ੍ਰਾਪਤ ਹੈ, ਤਾਂ ਇਸ ਨੂੰ ਅਸੀਂ ਕੈਪੀਟਲ ਇਨਫਲੋ ਕਹਿ ਦਿੰਦੇ ਹਾਂ। ਦੂਸਰੇ ਪਾਸੇ ਜੇ ਅਸੀਂ ਦੂਸਰੇ ਦੇਸ਼ਾਂ ਨੂੰ ਉਧਾਰ ਦਿੰਦੇ ਹਾਂ ਇਨ ਦਾ ਫੋਰਮ ਆਫ ਲੈਂਡ, ਹਾਊਸਿਸ ਜਾਂ ਪ੍ਰੋਡਕਟਿਵ ਪਲਾਂਟਸ ਜਾਂ ਸ਼ੇਅਰਸ, ਤਾਂ ਇਸ ਨੂੰ ਅਸੀਂ ਪੇਮੈਂਟ ਕਹਿ ਦਿੰਦੇ ਹਾਂ।
ਤੇ ਇਹ ਸਾਰੀਆਂ ਜਿਹੜੀਆਂ ਆਈਟਮਸ ਨੇ ਇਸ ਨੂੰ ਅਸੀਂ 4 ਅਤੇ 8 ਦੇ ਵਿੱਚ ਰਿਕਾਰਡ ਕਰ ਲਈ। ਜੇ ਰੈਜ਼ੀਡੈਂਟ ਦਾ ਕੰਟਰੀ ਫੋਰਨ ਐਸੈਟਸ ਨੂੰ ਅਕਵਾਇਰ ਕਰਦਾ ਹੈ ਜਾਂ ਗੌਰਮੈਂਟ ਲੈਂਡ ਕਰਦੀ ਹੈ ਤਾਂ ਇਸਦੇ ਨਾਲ ਸਾਨੂੰ ਆਊਟਫਲੋ ਜਿਹੜੀ ਹੈ ਉਹਦੀ ਕੈਪੀਟਲ ਦੀ ਜਿਹੜੀ ਹੈ ਉਹ। ਹੁਣ ਅਸੀਂ ਡਿਸਕਸ ਕਰਦੇ ਹਾਂ ਕਰੰਟ ਐਂਡ 1 to 5 ਜਿਹੜੀ 10.2 ਟੇਬਲ ਦੇ ਵਿੱਚ 1 to 5 ਨੂੰ ਐਡ ਕਰ ਲਈਏ। ਮਤਲਬ 1 to 5 ਦੇ ਵਿੱਚ ਮਤਲਬ ਅਸੀਂ ਜਿਹੜੀਆਂ ਐਕਸਪੋਰਟ ਦੇ ਵਿੱਚੋਂ ਇੰਪੋਰਟ ਨੂੰ ਮਾਈਨਸ ਕਰ ਦਈਏ। ਇਹ ਸਾਨੂੰ ਦੱਸਦਾ ਹੈ ਬੈਲੈਂਸ ਆਫ ਕੈਪੀਟਲ ਅਕਾਊਂਟ, ਬੈਲੈਂਸ ਆਫ ਕੈਪੀਟਲ ਅਕਾਊਂਟ ਜਿਹੜਾ 1 to 5 ਥੋੜ੍ਹਾ ਬੈਲੈਂਸ ਆਫ ਟ੍ਰੇਡ ਨੂੰ ਸ਼ੋਅ ਕਰਦਾ। ਜੇ ਅਸੀਂ 2nd and 6th ਨੂੰ ਐਡ ਕਰ ਦਈਏ ਵਿੱਚ, ਫਸਟ ਐਂਡ ਫਾਈਵ ਨੂੰ ਜੇ ਅਸੀਂ ਡਿਫਰੈਂਸ ਲਈਏ ਤਾਂ ਬੈਲੈਂਸ ਆਫ ਟ੍ਰੇਡ, ਜੇ ਅਸੀਂ 2nd and 6th ਨੂੰ ਇਹਦੇ ਵਿੱਚ ਐਡ ਕਰ ਲਈਏ ਤਾਂ ਇਹ ਬਣ ਜਾਂਦਾ ਸਾਡੇ ਕੋਲ ਬੈਲੈਂਸ ਆਫ ਸਰਵਿਸਿਸ, ਅਤੇ ਜੇ 3rd and 7th ਲੈ ਲਈਏ ਤਾਂ ਬੈਲੈਂਸ ਆਫ ਅਨਰਿਕੁਇਰਡ ਟ੍ਰਾਂਸਫਰਸ, ਅਤੇ ਜਿਹੜਾ 1st, 2nd, and 3rd ਜੇ ਇਹਨਾਂ ਦਾ ਡਿਫਰੈਂਸ ਲੈ ਲਈਏ ਤਾਂ ਦਿਸ ਬਿਕਮਸ ਦਾ ਬੈਲੈਂਸ ਔਨ ਕਰੰਟ ਅਕਾਊਂਟ। ਜੇ ਅਸੀਂ 4th and 8th ਨੂੰ ਐਡ ਕਰ ਲਈਏ ਤਾਂ ਇਹ ਬਣ ਜਾਂਦਾ ਬੈਲੈਂਸ ਆਫ ਕੈਪੀਟਲ ਅਕਾਊਂਟ। ਜੇ 4th and 5th ਨੂੰ ਵੀ ਅਸੀਂ ਐਡ ਕਰ ਲਈਏ ਤਾਂ ਸਮ ਆਫ ਰੋ ਆਫ 4 and 5 ਤਾਂ ਦਿਸ ਬਿਕਮ ਦਾ ਬੈਲੈਂਸ ਆਫ ਪੇਮੈਂਟ। ਤਾਂ ਜਿਹੜਾ ਬੈਲੈਂਸ ਆਫ ਕਰੰਟ ਅਕਾਊਂਟ ਹੈ ਇਹ ਇੱਕ ਵਿਸ਼ਾਲ ਧਾਰਨਾ ਹੈ ਬੈਲੈਂਸ ਆਫ ਟ੍ਰੇਡ ਦੇ ਨਾਲ, ਜਿਸ ਦੇ ਵਿੱਚ ਬੈਲੈਂਸ ਆਫ ਟ੍ਰੇਡ ਅਤੇ ਬੈਲੈਂਸ ਆਫ ਸਰਵਿਸਿਸ ਜਿਹੜੇ ਨੇ ਸ਼ਾਮਿਲ ਹੁੰਦੇ ਅਤੇ ਬੈਲੈਂਸ ਆਫ ਅਨਰਿਕੁਇਰਡ ਟ੍ਰਾਂਸਫਰ ਜਿਹੜੇ ਨੇ ਸ਼ਾਮਿਲ ਹੁੰਦੇ। ਲੇਕਿਨ ਬੈਲੈਂਸ ਆਫ ਕਰੰਟ ਅਕਾਊਂਟ ਸਾਨੂੰ ਸਰਪਲਸ ਅਤੇ ਡੈਫੀਸਿਟ ਨੂੰ ਸ਼ੋਅ ਕਰਦਾ। ਜੇ ਐਕਸਪੋਰਟ ਦਾ ਮੁੱਲ ਜ਼ਿਆਦਾ ਹੋਏਗਾ ਤਾਂ ਬੈਲੈਂਸ ਆਫ ਕਰੰਟ ਅਕਾਊਂਟ ਜਿਹੜਾ ਹੈ ਉਹ ਸਰਪਲਸ ਹੋਏਗਾ। ਜੇ ਇੰਪੋਰਟ ਦਾ ਮੁੱਲ ਜ਼ਿਆਦਾ ਹੋਏਗਾ ਐਕਸਪੋਰਟ ਦੇ ਨਾਲ ਤਾਂ ਇਹ ਡੈਫੀਸਿਟ ਹੋਏਗਾ। ਅਤੇ ਕਰੰਟ ਅਕਾਊਂਟ ਸਰਪਲਸ ਹੋਏਗਾ, ਮੈਂ ਦੱਸ ਚੁੱਕਾ ਜੇ ਐਕਸਪੋਰਟ ਇੰਪੋਰਟ ਨਾਲੋਂ ਜ਼ਿਆਦਾ ਹੁੰਦਾ। ਤਾਂ ਜੇ ਬੈਲੈਂਸ ਆਫ ਕਰੰਟ ਅਕਾਊਂਟ ਇੱਕ ਬਹੁਤ ਹੀ ਮਹੱਤਵਪੂਰਨ ਧਾਰਨਾ ਹੈ ਕਿਉਂਕਿ ਸਾਨੂੰ ਇਹ ਦੱਸਦਾ ਹੈ ਇੱਕ ਫਲੋ ਐਸਪੈਕਟ ਆਫ ਕੰਟਰੀਜ ਇੰਟਰਨੈਸ਼ਨਲ ਟ੍ਰਾਂਜੈਕਸ਼ਨ, ਕਿ ਸਾਡਾ ਜਿਹੜਾ ਭੁਗਤਾਨ ਹੈ ਦੂਜੇ ਦੇਸ਼ਾਂ ਵਿੱਚ ਜ਼ਿਆਦਾ ਜਾ ਰਿਹਾ ਹੈ ਜਾਂ ਉਹਨਾਂ ਤੋਂ ਸਾਨੂੰ ਪ੍ਰਾਪਤ ਹੋ ਰਿਹਾ। ਤਾਂ ਇਸ ਤਰ੍ਹਾਂ ਜਿਹੜੀਆਂ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਕਿ ਇੱਕ ਸਮੇਂ ਦੇ ਦੌਰਾਨ ਇੱਕ ਦੇਸ਼ ਦੇ ਵਿੱਚ ਪੈਦਾ ਹੁੰਦੀਆਂ ਜਾਂ ਟ੍ਰਾਂਜੈਕਸ਼ਨ ਹੁੰਦੀਆਂ ਤਾਂ ਉਹਨਾਂ ਨੂੰ ਜਿਹੜਾ ਅਸੀਂ ਐਕਸਪੋਰਟ ਕਰਦੇ ਹਾਂ ਅਤੇ ਇੰਪੋਰਟ ਕਰਦੇ ਹਾਂ ਉਹਨਾਂ ਦੇ ਅੰਤਰ ਨੂੰ ਅਸੀਂ ਬੈਲੈਂਸ ਆਫ ਕਰੰਟ ਅਕਾਊਂਟ ਕਹਿ ਦਿੰਦੇ। ਇਸੇ ਤਰ੍ਹਾਂ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਫਿਰ ਇਹ ਮੈਂ ਦੱਸ ਚੁੱਕਾ ਕਿ ਡੈਫੀਸਿਟ ਕੀ ਹੁੰਦਾ ਅਤੇ ਸਰਪਲਸ ਕੀ ਹੁੰਦਾ। ਜੇ ਕਰੰਟ ਅਕਾਊਂਟ ਡੈਫੀਸਿਟ ਜਾਂ ਸਰਪਲਸ ਹੋਵੇ ਕਰੰਟ ਅਕਾਊਂਟ ਦੇ ਵਿੱਚ ਤਾਂ ਇਸ ਨੂੰ ਜ਼ਰੂਰ ਸੈਟਲ ਕਰਨਾ ਚਾਹੀਦਾ, ਮਸਟ ਵੀ ਸੈਟਲ। ਜੇ ਕੰਟਰੀ ਦਾ ਡੈਫੀਸਿਟ ਹੋਵੇ ਬੈਲੈਂਸ ਆਫ ਕਰੰਟ ਅਕਾਊਂਟ
ਤਾਂ ਕੰਟਰੀ ਨੂੰ ਜ਼ਿਆਦਾ ਖਰਚ ਕਰਨਾ ਪਏਗਾ, ਹੈਜ਼ ਟੂ ਸਪੈਂਡ ਮੋਰ ਅਬਰੋਡ ਡਿਊਰਿੰਗ ਦਾ ਪੀਰੀਅਡ ਦੈਨ ਇਟ ਹੈਜ਼ ਅਰਨਡ। ਤਾਂ ਇਹਦਾ ਇਹਨੂੰ ਸੈਟਲ ਕਰਨ ਦਾ ਤਰੀਕਾ ਇਹ ਹੈ, ਤਾਂ ਟ੍ਰਾਂਜੈਕਸ਼ਨ ਔਨ ਕੈਪੀਟਲ ਅਕਾਊਂਟ ਜਿਹੜੀ ਹੈ ਕਰਨੀ ਪਏਗੀ। ਅਤੇ ਕੈਪੀਟਲ ਅਕਾਊਂਟ ਸਾਨੂੰ ਰਿਕਾਰਡ ਕਰਦਾ ਪਰਚੇਜਿਜ ਐਂਡ ਸੇਲ ਆਫ ਐਸੈਟਸ, ਜਿਸ ਤਰ੍ਹਾਂ ਅਸੀਂ ਸਟੋਕਸ ਨੂੰ, ਬੋਂਡਸ ਨੂੰ, ਲੈਂਡਸ ਨੂੰ ਜਾਂ ਬੋਰੋ ਕਰਦੇ ਹਾਂ ਜਾਂ ਲੈਂਡ ਕਰਦੇ ਹਾਂ, ਤਾਂ ਇਸ ਨੂੰ ਅਸੀਂ ਕਰੰਟ ਅਕਾਊਂਟ ਦੇ ਵਿੱਚ ਜਿਹੜੀ ਕੈਪੀਟਲ ਦੀ ਟ੍ਰਾਂਜੈਕਸ਼ਨਸ ਨੂੰ ਐਡ ਕਰ ਦਿੰਦੇ ਹਾਂ। ਤਾਂ ਜਦੋਂ ਘਾਟੇ ਦਾ ਹੋਏਗਾ ਤਾਂ ਹਮੇਸ਼ਾ ਆਫਸੈਟਿੰਗ ਟ੍ਰਾਂਜੈਕਸ਼ਨਸ ਹੋਣਗੀਆਂ ਕੈਪੀਟਲ ਅਕਾਊਂਟ ਦੇ ਵਿੱਚ। ਇਸ ਬੈਲੈਂਸ ਆਫ ਪੇਮੈਂਟ ਨੂੰ, ਡੈਫਿਸਿਟ ਜਾਂ ਸਰਪਲਸ ਨੂੰ ਸੰਤੁਲਨ ਬਣਾਉਣ ਦੇ ਲਈ, ਇਕੁਇਲਿਬ੍ਰੀਅਮ ਕਰਨ ਦੇ ਲਈ, ਇਸ ਨੂੰ ਅਸੀਂ ਕਰ ਸਕਦੇ ਹਾਂ ਆਟੋਨਮਸ ਜਾਂ ਅਕੋਮੋਡੇਟਿੰਗ ਕੈਪੀਟਲ ਫਲੋ ਦੇ ਰਾਹੀਂ। ਇਹ ਜਿਹੜੀਆਂ ਇਹਦੀਆਂ ਇੰਪਲੀਕੇਸ਼ਨਸ ਨੇ ਦੋ ਇਹਨਾਂ ਫਲੋਸ ਦੀਆਂ, ਤਾਂ ਬੈਲੈਂਸ ਆਫ ਪੇਮੈਂਟ ਦੀਆਂ ਇਹ ਅਲੱਗ ਨੇ। ਤਾਂ ਸਾਨੂੰ ਆਟੋਨਮਸ ਕੈਪੀਟਲ ਕੀ ਹੁੰਦਾ, ਇਹ ਆਟੋਨਮਸ ਕੈਪੀਟਲ ਫਲੋ ਜਿਹੜਾ ਹੈ, ਆਟੋਨਮਸ ਮੈਨੇ ਸੁਤੰਤਰ, ਇਹ ਇੱਕ ਆਮ ਕੈਪੀਟਲ ਦੀ ਫਲੋਜ਼ ਹੈ, ਪੂੰਜੀ ਦਾ ਫਲੋ ਹੈ, ਜਿਸ ਨੂੰ ਅਸੀਂ ਕਰਦੇ ਹਾਂ ਰਿਗਾਰਡਲੈਸ ਆਫ ਅਦਰ ਆਈਟਮਸ ਇਨ ਦਾ ਬੈਲੈਂਸ ਆਫ ਪੇਮੈਂਟ। ਬੈਲੈਂਸ ਆਫ ਪੇਮੈਂਟ ਦੀ ਦੂਸਰੀਆਂ ਆਈਟਮ ਨੂੰ ਬਿਨਾਂ ਦੇਖੇ ਕਿ ਇਹਦਾ ਬੈਲੈਂਸ ਆਫ ਪੇਮੈਂਟ ਠੀਕ ਹੋਏਗਾ ਜਾਂ ਡੈਫਿਸਿਟ ਹੋਏਗਾ ਜਾਂ ਸਰਪਲਸ ਹੋਏਗਾ, ਇਸ ਨੂੰ ਤੋਂ ਬਿਨਾਂ, ਇਸ ਨੂੰ ਸੰਤੁਲਨ ਕਰੇ ਬਿਨਾਂ, ਇਸ ਦੀ ਪਰਵਾਹ ਕਰੇ ਬਿਨਾਂ ਕਿ ਬੈਲੈਂਸ ਆਫ ਪੇਮੈਂਟ ਇਕੁਇਲਿਬ੍ਰੀਅਮ ਹੋਏਗਾ ਜਾਂ ਡਿਸਇਕੁਇਲਿਬ੍ਰੀਅਮ ਹੋਏਗਾ, ਜਦੋਂ ਅਸੀਂ ਆਮ ਕੈਪੀਟਲ ਦੀ ਫਲੋ ਕਰਦੇ ਹਾਂ ਉਸ ਨੂੰ ਅਸੀਂ ਆਟੋਨਮਸ ਕੈਪੀਟਲ ਫਲੋ ਕਹਿ ਰਹੇ ਹਾਂ। ਇਹ ਜਿਹੜੀ ਕੈਪੀਟਲ ਫਲੋ ਹੈ, ਇਹ ਇਸ ਨੂੰ ਫੋਰਨਰਸ ਪੇਇੰਗ ਬੈਕ ਇਹ ਲੋਨ, ਜਿਹੜਾ ਫੋਰਨਰਸ ਹੈ ਉਹ ਲੋਨ ਵੀ ਵਾਪਸ ਕਰ ਸਕਦਾ, ਜਾਂ ਇੱਕ ਵਿਅਕਤੀ ਜਾਂ ਕੰਪਨੀ ਲੋਨ ਲੈ ਸਕਦਾ ਹੈ, ਲੋਨ ਅਬਰੋਡ ਬਾਏ ਇਸ਼ੂਇੰਗ ਬੋਂਡਸ। ਇਹ ਜਿਹੜੀਆਂ ਟ੍ਰਾਂਜੈਕਸ਼ਨਸ ਨੇ, ਇਹਦਾ ਇਫੈਕਟ ਜਿਹੜਾ ਕੰਟਰੀ ਦੀ ਬੈਲੈਂਸ ਆਫ ਪੇਮੈਂਟ 'ਤੇ ਪੈਂਦਾ ਤਾਂ ਹੈ, ਲੇਕਿਨ ਇਹਨਾਂ ਦੇ ਨਾਲ ਜਦੋਂ ਅਸੀਂ ਟ੍ਰਾਂਜੈਕਸ਼ਨਸ ਕਰਦੇ ਹਾਂ ਉਹ ਕੰਸੀਡਰੇਸ਼ਨ ਨਹੀਂ ਹੁੰਦੀ ਕਿ ਬੈਲੈਂਸ ਆਫ ਪੇਮੈਂਟ ਨੂੰ ਇਕੁਇਲਿਬ੍ਰੀਅਮ ਕਰਨਾ ਜਾਂ ਡਿਸਇਕੁਇਲਿਬ੍ਰੀਅਮ ਹੋਏ। ਇਹ ਫਲੋ ਜਿਹੜੇ ਨੇ ਇਹਨਾਂ ਨੂੰ ਅਸੀਂ ਪਲੈਨਡ ਕੈਪੀਟਲ ਮੂਵਮੈਂਟ ਜਿਹੜੀ ਹੈ ਕਹਿ ਦਿੰਦੇ। ਅਤੇ ਇੰਡੀਵਿਜੁਅਲ ਫਰਮਸ ਜਾਂ ਗੌਰਮੈਂਟ ਜਦੋਂ ਇਹਨਾਂ ਫਲੋਸ ਨੂੰ ਕਰਦੇ ਹਨ, ਇਹਨਾਂ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਤਾਂ ਇਹਨਾਂ ਕੈਪੀਟਲ ਦੀ ਟ੍ਰਾਂਜੈਕਸ਼ਨ ਦੇ ਕਰਨ ਦੇ ਲਈ ਵਿਦ ਦਾ ਰੈਸਟ ਆਫ ਦਾ ਵਰਲਡ, ਜਿਸ ਨੂੰ ਅਸੀਂ ਆਟੋਨਮਸ ਕੈਪੀਟਲ ਫਲੋ ਕਹਿ ਰਹੇ ਹਾਂ। ਜਿਹੜੀ ਅਕੋਮੋਡੇਟਿੰਗ ਕੈਪੀਟਲ ਮੂਵਮੈਂਟਸ ਨੇ, ਇਹ ਉਹ ਕੈਪੀਟਲ ਮੂਵਮੈਂਟਸ ਨੇ ਜਾਂ ਕੈਪੀਟਲ ਫਲੋਸ ਨੇ ਜਿਹਨਾਂ ਨੂੰ ਅਸੀਂ ਵਿਸ਼ੇਸ਼ ਤੌਰ 'ਤੇ ਕਰ ਰਹੇ ਹਾਂ ਬੈਲੈਂਸ ਆਫ ਪੇਮੈਂਟ ਨੂੰ ਠੀਕ ਕਰਨ ਦੇ ਲਈ। ਇਨ ਦਾ ਬੁੱਕ ਕੀਪਿੰਗ ਸੈਂਸ, ਇਹ ਜਿਹੜੇ ਫਲੋ ਨੇ ਕਈ ਤਰ੍ਹਾਂ ਦੇ ਹੋ ਸਕਦੇ ਨੇ, ਇਹ ਸ਼ੋਰਟ ਟਰਮ ਕਲੇਮਸ ਵੀ ਹੋ ਸਕਦੇ ਨੇ ਅਤੇ ਲੋਂਗ ਟਰਮ ਅਕੋਮੋਡੇਟਿੰਗ ਵੀ ਹੋ ਸਕਦੇ। ਜੇ ਡੈਫੀਸਿਟ ਹੋਵੇ ਤਾਂ ਸੈਟਲ ਕੀਤਾ ਜਾਂਦਾ ਬਾਏ ਅਕੋਮੋਡੇਟਿੰਗ ਕੈਪੀਟਲ ਫਲੋ। ਇਟ ਕੈਨ ਬੀ, ਇਸ ਨੂੰ ਅਸੀਂ ਇੱਕ ਵਾਰਨਿੰਗ ਸਿਗਨਲ ਦੇ ਤੌਰ 'ਤੇ ਕੰਸੀਡਰ ਕਰਦੇ ਹਾਂ। ਤਾਂ ਡੈਫੀਸਿਟ ਨੂੰ ਅਸੀਂ ਸੈਟਲ ਕਰ ਸਕਦੇ ਹਾਂ ਸ਼ੋਰਟ ਟਰਮ ਲੋਨ ਦੇ ਨਾਲ ਜਾਂ ਡਿਪਲੀਸ਼ਨ ਆਫ ਦਾ ਰਿਜ਼ਰਵਸ ਦੇ ਨਾਲ। ਤਾਂ ਗੌਰਮੈਂਟ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਇੱਕ ਮਸਟ ਇਕਨੋਮਿਕ ਪੋਲਿਸੀ ਬਣਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਬੈਲੈਂਸ ਆਫ ਪੇਮੈਂਟ ਦੀ ਜਿਹੜੀ ਡੈਫੀਸਿਟ ਹੈ ਉਸਨੂੰ ਠੀਕ ਕਰ ਸਕੀਏ ਬਾਏ ਅਕੋਮੋਡੇਟਿੰਗ ਇਨਫਲੋ।
ਤਾਂ ਜਿਹੜਾ ਬੈਲੈਂਸ ਆਫ ਪੇਮੈਂਟ ਹੈ ਉਹ ਹਮੇਸ਼ਾ ਹੀ ਇਕੁਲੀਬ੍ਰੀਅਮ 'ਚ ਹੋਣਾ ਚਾਹੀਦਾ। ਜੇ ਕਰੰਟ ਅਕਾਊਂਟ 'ਚ ਡੈਫੀਸਿਟ ਹੁੰਦਾ ਹੈ ਤਾਂ ਇਹਦੇ ਨਾਲ ਸਾਨੂੰ ਇਸ ਨੂੰ ਠੀਕ ਕਰਨ ਦੇ ਲਈ, ਇਕੁਲੀਬ੍ਰੀਅਮ 'ਚ ਲਿਆਉਣ ਦੇ ਲਈ ਤਾਂ ਸਾਨੂੰ ਜਾਂ ਤਾਂ ਬੋਰੋ ਕਰਨਾ ਪਏਗਾ ਦੂਸਰੇ ਦੇਸ਼ਾਂ ਤੋਂ, ਜਾਂ ਸਾਡੀ ਵਿਦੇਸ਼ੀ ਮੁਦਰਾ ਦਾ ਭੰਡਾਰ ਜਿਹੜੇ ਨੇ ਉਹ ਘੱਟ ਹੋਣਗੇ। ਤਾਂ ਦੂਸਰੇ ਪਾਸੇ ਜੇ ਕੰਟਰੀ ਦਾ ਜਿਹੜਾ ਬੈਲੈਂਸ ਆਫ ਪੇਮੈਂਟ ਹੈ ਕਰੰਟ ਅਕਾਊਂਟ 'ਚ ਸਰਪਲਸ ਹੋਵੇ ਤਾਂ ਅਸੀਂ ਕੈਪੀਟਲ ਦਾ ਐਕਸਪੋਰਟ ਕਰਾਂਗੇ ਦੂਸਰੇ ਦੇਸ਼ਾਂ ਨੂੰ ਉਧਾਰ ਦੇ ਕੇ। ਤਾਂ ਇਸ ਬੁੱਕ ਕੀਪਿੰਗ ਸੈਂਸ ਦੇ ਵਿੱਚ ਬੈਲੈਂਸ ਆਫ ਪੇਮੈਂਟ ਹਮੇਸ਼ਾ ਹੀ ਬੈਲੈਂਸ ਹੋਏ। ਤਾਂ ਕਰੰਟ ਅਕਾਊਂਟ ਪਲੱਸ ਕੈਪੀਟਲ ਅਕਾਊਂਟ ਇਹ ਦੋਨਾਂ ਨੂੰ ਜੇ ਅਸੀਂ ਐਡ ਕਰ ਲਈਏ ਤਾਂ ਇਟ ਮਸਟ ਬੀ ਬੈਲੈਂਸ, ਦੈਟ ਇਜ਼ ਜ਼ੀਰੋ। ਜੇ ਗੌਰਮੈਂਟ ਅਕੋਮੋਡੇਟਿੰਗ ਕੈਪੀਟਲ ਦੀ ਇਨਫਲੋ ਕਰਦੀ ਹੈ ਟੂ ਫਾਈਨਾਂਸ ਏ ਕਰੰਟ ਅਕਾਊਂਟ ਡੈਫੀਸਿਟ ਤਾਂ ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਇੱਕ ਵਾਰਨਿੰਗ ਸਿਗਨਲ ਦਾ ਕੰਮ ਕਰਦਾ। ਤਾਂ ਗੌਰਮੈਂਟ ਨੂੰ ਅਲਰਟ ਕਰਨਾ, ਅਲਰਟ ਹੋਣਾ ਚਾਹੀਦਾ ਅਤੇ ਗੌਰਮੈਂਟ ਨੂੰ ਪੋਲਸੀ ਮੈਜਰਸ ਜਿਹੜੇ ਨੇ ਅਡੋਪਟ ਕਰਨੇ ਚਾਹੀਦੇ ਹਨ। ਤਾਂ ਗੌਰਮੈਂਟ ਜਿਹੜੀ ਹੈ ਇਸ ਤਰ੍ਹਾਂ ਦੀ ਇਕਨੋਮਿਕ ਪੋਲਸੀ ਬਣਾਵੇ ਤਾਂ ਕਿ ਇਸ ਡੈਫੀਸਿਟ ਨੂੰ ਰਿਡਿਊਸ ਕੀਤਾ ਜਾਵੇ ਅਤੇ ਸਰਪਲਸ ਜਿਹੜਾ ਹੈ ਆਮ ਤੌਰ 'ਤੇ ਕੋਈ ਪ੍ਰੋਬਲਮ ਜਿਹੜਾ ਹੈ ਕ੍ਰੀਏਟ ਨਹੀਂ ਕਰਦਾ। ਤਾਂ ਇਹਦੇ ਨਾਲ ਜਿਹੜੇ ਆਫੀਸ਼ੀਅਲ ਰਿਜ਼ਰਵਸ ਹੈ ਉਹ ਕੰਟਰੀ ਦੇ ਵਿੱਚ ਜਿਹੜੇ ਨੇ ਉਹ ਵੱਧਦੇ ਹਨ। ਹੁਣ ਨੈਸ਼ਨਲ ਇਨਕਮ ਅਕਾਊਂਟਸ ਓਪਨ ਇਕੋਨਮੀ ਦੇ ਵਿੱਚ, ਕਲੋਜ਼ਡ ਇਕੋਨਮੀ ਦੇ ਵਿੱਚ ਜਿਹੜੇ ਵੀ ਆਊਟਪੁੱਟ ਨੇ ਜਿਹਨਾਂ ਨੂੰ ਅਸੀਂ ਦੇਸ਼ ਦੇ ਅੰਦਰ ਵੇਚਦੇ ਹਾਂ ਅਤੇ ਐਕਸਪੈਂਡੀਚਰ ਨੂੰ ਅਸੀਂ ਤਿੰਨ ਕੰਪੋਨੈਂਟ ਦੇ ਵਿੱਚ ਡਿਵਾਈਡ ਕਰਦੇ ਹਾਂ, ਕੰਜਮਪਸ਼ਨ, ਇਨਵੈਸਟਮੈਂਟ ਅਤੇ ਗਵਰਨਮੈਂਟ ਪਰਚੇਜ਼ਸ। ਅਤੇ ਓਪਨ ਇਕੋਨਮੀ ਦੇ ਵਿੱਚ ਕੁਝ ਉਤਪਾਦਨ ਨੂੰ ਅਸੀਂ ਡੋਮੈਸਟਿਕਲੀ ਅਤੇ ਕੁਛ ਨੂੰ ਐਕਸਪੋਰਟ ਕੀਤਾ ਜਾਂਦਾ ਦੂਸਰੇ ਦੇਸ਼ਾਂ ਦੇ ਵਿੱਚ। ਤਾਂ ਇਸ ਤਰ੍ਹਾਂ ਅਸੀਂ ਓਪਨ ਇਕੋਨਮੀ ਦੇ ਵਿੱਚ ਐਕਸਪੈਂਡੀਚਰ ਨੂੰ ਜਾਂ ਟੋਟਲ ਆਊਟਪੁੱਟ ਨੂੰ ਅਸੀਂ ਚਾਰ ਕੰਪੋਨੈਂਟਸ ਡਿਵਾਈਡ ਕਰ ਰਹੇ ਹਾਂ। ਇੱਕ ਤਾਂ ਕੰਜਮਪਸ਼ਨ ਆਫ ਡੋਮੈਸਟਿਕ ਗੁੱਡਸ ਐਂਡ ਸਰਵਿਸਿਸ ਜਿਹਨੂੰ ਅਸੀਂ CID ਕਹਿ ਦਿੰਦੇ ਹਾਂ, ਅਤੇ ID ਇਨਵੈਸਟਮੈਂਟ ਇਨ ਡੋਮੈਸਟਿਕ ਗੁੱਡਸ ਐਂਡ ਸਰਵਿਸਿਸ ID। ਤੀਸਰਾ ਗੌਰਮੈਂਟ ਪਰਚੇਜਿਸ ਆਫ ਡੋਮੈਸਟਿਕ ਗੁੱਡਸ ਐਂਡ ਸਰਵਿਸਿਸ, ਦੈਟ ਇਜ਼ GD। ਚੌਥਾ ਜਿਹੜਾ ਹੈ ਐਕਸਪੋਰਟ ਆਫ ਡੋਮੈਸਟਿਕ ਗੁੱਡਸ ਐਂਡ ਸਰਵਿਸਿਸ, ਅਤੇ ਅਸੀਂ ਇਸ ਨੂੰ ਜਿਹੜਾ D ਹੈ ਉਹ ਡੋਮੈਸਟਿਕ ਲਈ ਅਤੇ F ਜਿਹੜਾ ਹੈ ਉਹ ਫੋਰਨ ਦੇ ਲਈ ਅਸੀਂ ਮੈਂਸ਼ਨ ਕਰ ਰਹੇ ਹਾਂ। ਤਾਂ ਜਿਹੜਾ ਇਸ ਐਕਸਪੈਂਡੀਚਰ ਨੂੰ ਅਸੀਂ ਐਕਸਪ੍ਰੈਸ ਕਰ ਸਕਦੇ ਹਾਂ ਕਿ Y ਜਾਂ ਟੋਟਲ ਆਊਟਪੁੱਟ ਇਜ਼ ਇਕੁਅਲ ਟੂ ਡੋਮੈਸਟਿਕ ਕੰਜਮਪਸ਼ਨ ਪਲੱਸ ਡੋਮੈਸਟਿਕ ਇਨਵੈਸਟਮੈਂਟ ਪਲੱਸ ਡੋਮੈਸਟਿਕ ਪਰਚੇਜ ਆਫ ਗੁੱਡਸ ਐਂਡ ਸਰਵਿਸਿਸ ਬਾਏ ਦਾ ਗਵਰਨਮੈਂਟ ਪਲੱਸ ਐਕਸਪੋਰਟ। ਤਾਂ ਜਿਹੜੀ ਡੋਮੈਸਟਿਕ ਸਪੈਂਡਿੰਗ ਹੈ ਸਾਰੀਆਂ ਵਸਤੂਆਂ ਅਤੇ ਸੇਵਾਵਾਂ 'ਤੇ, ਇਹ ਡੋਮੈਸਟਿਕ ਸਪੈਂਡਿੰਗ ਔਨ ਡੋਮੈਸਟਿਕ ਗੁੱਡਸ ਐਂਡ ਸਰਵਿਸਿਸ ਪਲੱਸ ਡੋਮੈਸਟਿਕ ਸਪੈਂਡਿੰਗ ਔਨ ਫੋਰਨ ਗੁੱਡਸ ਐਂਡ ਸਰਵਿਸਿਸ, ਮਤਲਬ ਵਿਦੇਸ਼ਾਂ 'ਤੇ ਜਿਹੜੇ ਸਾਡੇ ਦੇਸ਼ ਦੇ ਨਾਗਰਿਕ ਖਰਚ ਕਰਦੇ ਆ, ਅਤੇ ਟੋਟਲ ਕੰਜਮਪਸ਼ਨ ਇਸ ਤਰ੍ਹਾਂ ਜਿਹੜਾ ਹੈ ਡੋਮੈਸਟਿਕ ਗੁੱਡਸ, ਡੋਮੈਸਟਿਕ ਕੰਜਮਪਸ਼ਨ ਅਤੇ
ਜਿਹੜਾ ਕੰਜਮਪਸ਼ਨ ਐਕਸਪੈਂਡੀਚਰ ਅਸੀਂ ਫੋਰਨ ਤੇ ਕਰਦੇ ਹਾਂ ਉਸ ਨੂੰ ਮਿਲਾ ਕੇ ਬਣੇ ਤਾਂ ਟੋਟਲ ਇਨਵੈਸਟਮੈਂਟ ਇਸੇ ਤਰ੍ਹਾਂ ਤਾਂ ਜਿਹੜਾ ਡੋਮੈਸਟਿਕ ਇਨਵੈਸਟਮੈਂਟ ਪਲੱਸ ਇਨਵੈਸਟਮੈਂਟ ਇਨ ਫੋਰਨ ਗੁੱਡਸ ਐਂਡ ਸਰਵਿਸਿਸ ਅਤੇ ਟੋਟਲ ਗੌਰਮੈਂਟ ਐਕਸਪੈਂਡੀਚਰ ਜਿਹੜਾ ਹੈ ਗੌਰਮੈਂਟ ਪਰਚੇਜਿਸ ਔਨ ਡੋਮੈਸਟਿਕ ਗੁੱਡਸ ਐਂਡ ਸਰਵਿਸਿਸ ਪਲੱਸ ਜਿਹੜਾ ਗੌਰਮੈਂਟ ਪਰਚੇਸ ਕਰਦੀ ਹੈ ਫੋਰਨ ਗੁੱਡਸ ਐਂਡ ਸਰਵਿਸਿਸ ਤਾਂ ਇਸ ਤਰ੍ਹਾਂ ਸੀ ਡੋਮੈਸਟਿਕ ਕੰਜਮਸ਼ਨ ਪਲੱਸ ਫੋਰਨ ਗੁੱਡਸ ਅਤੇ ਟੋਟਲ ਇਨਵੈਸਟਮੈਂਟ ਡੋਮੈਸਟਿਕ ਇਨਵੈਸਟਮੈਂਟ ਅਤੇ ਫੋਰਨ ਇਨਵੈਸਟਮੈਂਟ ਅਤੇ ਗੌਰਮੈਂਟ ਪਰਚੇਜਿਸ ਜਿਹੜੀ ਹੈ ਉਹ ਗੌਰਮੈਂਟ ਪਰਚੇਜਿਸ ਪਾਏਗਾ ਔਨ ਦਾ ਡੋਮੈਸਟਿਕ ਗੁੱਡਸ ਐਂਡ ਸਰਵਿਸਿਸ ਪਲੱਸ ਫੋਰਨ ਗੁੱਡਸ ਐਂਡ ਸਰਵਿਸਿਸ ਤਾਂ ਇਸ ਤਰ੍ਹਾਂ ਟੋਟਲ ਕੰਜਮਪਸ਼ਨ ਦੇ ਵਿੱਚੋਂ ਜੇ ਅਸੀਂ ਫੋਰਨ ਕੰਜਮਪਸ਼ਨ ਮਾਈਨਸ ਕਰ ਲਈਏ ਤਾਂ ਉੱਪਰਲੀ ਜਿਹੜੀ ਹੈ ਉਹ ਡੋਮੈਸਟਿਕ ਕੰਜਮਪਸ਼ਨ ਬਣ ਗਈ ਟੋਟਲ ਇਨਵੈਸਟਮੈਂਟ 'ਚੋਂ ਜੇ ਅਸੀਂ ਫੋਰਨ ਇਨਵੈਸਟਮੈਂਟ ਮਾਈਨਸ ਕਰ ਲਈਏ ਤਾਂ ਉਹ ਡੋਮੈਸਟਿਕ ਇਨਵੈਸਟਮੈਂਟ ਬਣ ਜਾਏਗੀ ਤਾਂ ਗੌਰਮੈਂਟ ਦੀ ਜਿਹੜੀ ਟੋਟਲ ਪਰਚੇਜਿਸ ਆ ਉਸਦੇ ਵਿੱਚੋਂ ਫੋਰਨ ਗੁੱਡਸ ਐਂਡ ਸਰਵਿਸਿਸ 'ਤੇ ਜੋ ਪਰਚੇਜ ਕਰ ਰਹੇ ਹਾਂ ਉਹ ਮਾਈਨਸ ਕਰ ਦਈਏ ਤਾਂ ਉਹ ਡੋਮੈਸਟਿਕ ਗੌਰਮੈਂਟ ਪਰਚੇਜਿਸ ਬਣ ਗਈ ਪਲੱਸ ਐਕਸਪੋਰਟ ਤਾਂ ਇਸ ਤਰ੍ਹਾਂ ਜੇ ਅਸੀਂ ਇਸ ਨੂੰ ਰੀਸ਼ਫਲ ਕਰਦੇ ਹਾਂ ਤਾਂ ਕੰਜਮਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗੌਰਮੈਂਟ ਐਕਸਪੈਂਡੀਚਰ ਪਲੱਸ ਐਕਸਪੋਰਟ ਦੇ ਵਿੱਚੋਂ ਫੋਰਨ ਕੰਜਮਪਸ਼ਨ ਐਕਸਪੈਂਡੀਚਰ ਪਲੱਸ ਫੋਰਨ ਇਨਵੈਸਟਮੈਂਟ ਪਲੱਸ ਫੋਰਨ ਗੁੱਡਸ ਐਂਡ ਸਰਵਿਸਿਸ ਦੀ ਪਰਚੇਜਿਸ ਬਾਏ ਦਾ ਗੌਰਮੈਂਟ ਤਾਂ ਹੁਣ ਕੰਜਮਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗੌਰਮੈਂਟ ਪਰਚੇਜਿਸ ਪਲੱਸ ਐਕਸਪੋਰਟ ਇਹ ਜਿਹੜਾ ਫੋਰਨ ਕੰਜਮਪਸ਼ਨ ਐਕਸਪੈਂਡੀਚਰ ਹੈ ਫੋਰਨ ਇਨਵੈਸਟਮੈਂਟ ਹੈ ਅਤੇ ਫੋਰਨ ਗੌਰਮੈਂਟ ਪਰਚੇਜਿਸ ਹੈ ਇਹ ਕੀ ਹੈ ਇੰਪੋਰਟ ਤਾਂ ਐਕਸਪੋਰਟ ਅਤੇ ਇੰਪੋਰਟ ਦੇ ਅੰਤਰ ਨੂੰ ਅਸੀਂ ਕਹਿੰਦੇ ਹਾਂ ਨੈੱਟ ਐਕਸਪੋਰਟ ਤਾਂ ਇਸ ਤਰ੍ਹਾਂ ਜਿਹੜਾ ਨੈੱਟ ਐਕਸਪੋਰਟ ਹੈ ਨੈੱਟ ਐਕਸਪੋਰਟ ਕੀ ਹੋ ਗਿਆ ਜੇ ਟੋਟਲ ਆਊਟਪੁੱਟ ਦੇ ਵਿੱਚੋਂ ਜਾਂ ਟੋਟਲ ਐਕਸਪੈਂਡੀਚਰ ਦੇ ਵਿੱਚੋਂ ਜੇ ਕੰਜਮਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗੌਰਮੈਂਟ ਪਰਚੇਜਿਸ ਅਸੀਂ ਮਾਈਨਸ ਕਰ ਦਈਏ ਤਾਂ ਇਹ ਸਾਡੇ ਕੋਲ ਕੀ ਬਣ ਜਾਏਗਾ ਨੈੱਟ ਐਕਸਪੋਰਟਸ ਤਾਂ ਨੈੱਟ ਐਕਸਪੋਰਟਸ ਕੀ ਹੋ ਗਿਆ ਆਊਟਪੁੱਟ ਮਾਈਨਸ ਡੋਮੈਸਟਿਕ ਸਪੈਂਡਿੰਗ ਇਹ ਜਿਹੜਾ ਇਕੁਏਸ਼ਨ ਲਾਸਟ ਇਕੁਏਸ਼ਨ ਹੈ ਇਹ ਸਾਨੂੰ ਸ਼ੋ ਕਰਦੀ ਹੈ ਕਿ ਓਪਨ ਇਕੋਨਮੀ ਦੇ ਵਿੱਚ ਡੋਮੈਸਟਿਕ ਸਪੈਂਡਿੰਗ ਜ਼ਰੂਰੀ ਨਹੀਂ ਹੈ ਉਹ ਡੋਮੈਸਟਿਕ ਪ੍ਰੋਡਕਟ ਦੇ ਬਰਾਬਰ ਹੋਵੇ ਜਾਂ ਇੱਕ ਕੰਟਰੀ ਦੇ ਵਿੱਚ ਜਿਹੜੀਆਂ ਵਸਤੂਆਂ ਅਤੇ ਸੇਵਾਵਾਂ ਪੈਦਾ ਹੋਈਆਂ ਨੇ ਉਸ ਦੇ ਬਰਾਬਰ ਹੋਵੇ ਜੇ ਆਊਟਪੁੱਟ ਜਿਹੜਾ ਹੈ ਡੋਮੈਸਟਿਕ ਸਪੈਂਡਿੰਗ ਦੇ ਨਾਲੋਂ ਐਕਸੀਡ ਕਰਦਾ ਹੈ ਤਾਂ ਇਹਦਾ ਮਤਲਬ ਵੀ ਐਕਸਪੋਰਟ ਦਾ ਡਿਫਰੈਂਸ ਨੈੱਟ ਐਕਸਪੋਰਟ ਸਾਡਾ ਕੀ ਹੋਏਗਾ ਪੋਜ਼ਿਟਿਵ ਜੇ ਆਊਟਪੁੱਟ ਸਾਡਾ ਡੋਮੈਸਟਿਕ ਸਪੈਂਡਿੰਗ ਤੋਂ ਘੱਟ ਜਾਂਦਾ ਤਾਂ ਇਸਦਾ ਮਤਲਬ ਕਿ ਅਸੀਂ ਜਿਹੜਾ ਹੈ ਇੰਪੋਰਟ ਕਰ ਰਹੇ ਹਾਂ ਅਤੇ ਨੈੱਟ ਐਕਸਪੋਰਟ ਜਿਹੜਾ ਸਾਡਾ ਕੀ ਹੋਏਗਾ ਨੈਗੇਟਿਵ ਹੋਏਗਾ ਜਿਹੜਾ ਕੀ ਮੈਕਰੋ ਇਕਨੋਮਿਕ ਡਿਫਰੈਂਸ ਹੈ ਓਪਨ ਅਤੇ ਕਲੋਜ਼ ਇਕੋਨਮੀ ਦੇ ਵਿੱਚ ਇਹ ਹੈ ਕਿ ਓਪਨ ਇਕੋਨਮੀ ਦੇ ਵਿੱਚ ਕੰਟਰੀ ਦੀ ਜਿਹੜੀ ਸਪੈਂਡਿੰਗ ਹੈ ਇੱਕ ਸਾਲ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਵਸਤੂਆਂ ਅਤੇ ਸੇਵਾਵਾਂ ਦੇ ਆਊਟਪੁੱਟ ਦੇ ਬਰਾਬਰ ਹੋਣੀ ਹੋਏਗੀ ਇੱਕ ਕੰਟਰੀ ਦੇ ਵਿੱਚ ਇੱਕ ਕੰਟਰੀ ਜਿੰਨੀ ਆਊਟਪੁੱਟ ਹੋਈ ਹੈ ਕੰਟਰੀ ਦੇ ਵਿੱਚ ਉਸ ਤੋਂ ਜ਼ਿਆਦਾ ਵੀ ਖਰਚ ਕਰ ਸਕਦਾ ਹੈ ਅਤੇ ਉਸ ਤੋਂ ਘੱਟ ਵੀ ਖਰਚ ਕਰ ਸਕਦਾ ਹੁਣ
ਅਸੀਂ ਡਿਸਕਸ ਕਰਾਂਗੇ ਟ੍ਰੇਡ ਇਨ ਗੁੱਡਸ, ਮਾਰਕੀਟ ਇਕੁਲੀਬ੍ਰੀਅਮ ਐਂਡ ਬੈਲੈਂਸ ਆਫ ਟ੍ਰੇਡ। ਅਸੀਂ ਅਜੂਮ ਕੀਤਾ ਕਲੋਜ਼ ਇਕੋਨਮੀ ਦੇ ਵਿੱਚ ਕੋਈ ਜ਼ਰੂਰਤ ਨਹੀਂ ਹੈ ਡੋਮੈਸਟਿਕ ਡਿਮਾਂਡ ਫੋਰ ਗੁੱਡਸ ਅਤੇ ਡਿਮਾਂਡ ਫੋਰ ਡੋਮੈਸਟਿਕ ਗੁੱਡਸ ਦੇ ਵਿੱਚ, ਇਹ ਦੋਨੋਂ ਸੇਮ ਨੇ, ਲੇਕਿਨ ਓਪਨ ਮਾਰਕੀਟ ਦੇ ਵਿੱਚ ਇਹ ਦੋਨੋਂ ਡਿਫਰੈਂਟ ਹੁੰਦੇ ਹਨ। ਤਾਂ ਡੋਮੈਸਟਿਕ ਡਿਮਾਂਡ, ਸਮ ਡੋਮੈਸਟਿਕ ਡਿਮਾਂਡ ਜਿਹੜੀ ਹੈ ਫਾਲਸ ਔਨ ਫੋਰਨ ਗੁੱਡਸ, ਮਤਲਬ ਕਿ ਜਿਹੜੀਆਂ ਕੁਛ ਜਿਹੜੀਆਂ ਅਸੀਂ ਘਰੇਲੂ ਮੰਗ ਹੈ ਵਿਦੇਸ਼ੀ ਵਸਤੂਆਂ ਅਤੇ ਸੇਵਾਵਾਂ 'ਤੇ ਕਰਨ, ਅਤੇ ਕੁਛ ਜਿਹੜੀ ਡਿਮਾਂਡ ਹੈ ਉਹ ਡੋਮੈਸਟਿਕ ਗੁੱਡਸ ਦੀ ਵਿਦੇਸ਼ਾਂ ਤੋਂ ਆਉਂਦੀ ਹੈ। ਤਾਂ ਓਪਨ ਇਕੋਨਮੀ ਦੇ ਵਿੱਚ ਜਿਹੜੀ ਡਿਮਾਂਡ ਹੈ ਡੋਮੈਸਟਿਕ ਗੁੱਡਸ ਦੀ, ਇਸ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ ਕਿ ਡਿਮਾਂਡ ਫੋਰ ਡੋਮੈਸਟਿਕ ਗੁੱਡਸ ਦੈਟ ਇਜ ਜੈਟ ਇਜ਼ ਇਕੁਅਲ ਟੂ ਕੰਜਮਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗੌਰਮੈਂਟ ਐਕਸਪੈਂਡੀਚਰ ਪਲੱਸ ਐਕਸਪੋਰਟ ਮਾਈਨਸ ਐਮ ਅਪੋਨ ਆਰ। ਐਮ ਅਪੋਨ ਆਰ ਕੀ ਹੈ? ਦੈਟ ਇਜ਼ ਦਾ ਵੈਲਿਊ ਆਫ ਇੰਪੋਰਟ ਇਨ ਟਰਮਸ ਆਫ ਡੋਮੈਸਟਿਕ ਗੁੱਡਸ। ਇਸ ਦੇ ਵਿੱਚ ਜਿਹੜਾ ਹੈ ਸੀ ਕੀ ਹੈ ਸਾਨੂੰ ਪਤਾ, ਕੰਜਮਪਸ਼ਨ, ਆਈ ਇਨਵੈਸਟਮੈਂਟ, ਜੀ ਗੌਰਮੈਂਟ ਸਪੈਂਡਿੰਗ, ਇਹ ਕੰਸਟੀਟਿਊਟ ਕਰਦੇ ਨੇ ਡੋਮੈਸਟਿਕ ਡਿਮਾਂਡ ਫੋਰ ਗੁੱਡਸ। ਅਤੇ ਜੇ ਇਕੋਨਮੀ ਦੇ ਵਿੱਚ ਕਲੋਜ਼ ਹੋਵੇ ਤਾਂ ਸੀ ਪਲੱਸ ਆਈ ਪਲੱਸ ਜੀ, ਇਹ ਡਿਮਾਂਡ ਫੋਰ ਡੋਮੈਸਟਿਕ ਗੁੱਡਸ ਹੋਏ। ਤਾਂ ਜੇ ਅਸੀਂ ਇਸ ਦੇ ਵਿੱਚੋਂ ਇੰਪੋਰਟ ਨੂੰ ਮਾਈਨਸ ਕਰ ਦਈਏ ਤਾਂ ਦੈਟ ਪਾਰਟ ਆਫ ਡੋਮੈਸਟਿਕ ਡਿਮਾਂਡ ਫਾਲਸ ਔਨ ਫੋਰਨ ਗੁੱਡਸ ਰਾਦਰ ਦੈਨ ਡੋਮੈਸਟਿਕ ਗੁੱਡਸ। ਤਾਂ ਸਾਨੂੰ ਇਹਦੇ ਲਈ ਕੇਅਰਫੁਲ ਹੋਣਾ ਪਏਗਾ ਕਿ ਫੋਰਨ ਗੁੱਡਸ ਆਰ ਡਿਫਰੈਂਟ ਫਰੋਮ ਡੋਮੈਸਟਿਕ ਗੁੱਡਸ। ਤਾਂ ਇਸ ਕਰਕੇ ਵੀ ਕੈਨੋਟ ਜਸਟ ਸਬਟ੍ਰੈਕਟ ਦਾ ਕੁਆਂਟਿਟੀ ਆਫ ਇੰਪੋਰਟ, ਅਸੀਂ ਇੰਪੋਰਟ ਨੂੰ ਇਕੱਲਾ ਮਾਈਨਸ ਨਹੀਂ ਕਰ ਸਕਦੇ। ਤਾਂ ਸਾਨੂੰ ਇਸ ਜਿਹੜੀ ਵੈਲਿਊ ਆਫ ਇੰਪੋਰਟ ਹੈ ਇਸ ਨੂੰ ਡੋਮੈਸਟਿਕ ਗੁੱਡਸ ਦੇ ਰੂਪ ਦੇ ਵਿੱਚ ਜਾਂ ਇਨ ਟਰਮਸ ਆਫ ਡੋਮੈਸਟਿਕ ਗੁੱਡਸ ਦੇ ਵਿੱਚ ਐਕਸਪ੍ਰੈਸ ਕਰਨਾ ਪਏਗਾ ਕਿ ਫੋਰਨ ਗੁੱਡਸ ਨੂੰ ਅਸੀਂ ਡੋਮੈਸਟਿਕ ਗੁੱਡਸ ਦੇ ਨਾਲ ਕਿਵੇਂ ਅਸੀਂ ਐਕਸਚੇਂਜ ਕਰਦੇ। ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਦਾ ਐਕਸਚੇਂਜ ਰੇਟ, ਦਾ ਰੀਅਲ ਐਕਸਚੇਂਜ ਰੇਟ ਦੈਟ ਇਜ਼ ਆਰ, ਜਿਸ ਨੂੰ ਅਸੀਂ ਡਿਫਾਈਨ ਕਰਦੇ ਹਾਂ ਕਿ ਪ੍ਰਾਈਸ ਆਫ ਡੋਮੈਸਟਿਕ ਗੁੱਡਸ ਇਨ ਟਰਮਸ ਆਫ ਫੋਰਨ ਗੁੱਡਸ, ਕਿ ਦੇਸੀ ਵਸਤੂਆਂ ਦੀ ਜਿਹੜੀ ਕੀਮਤ ਹੈ ਉਹ ਵਿਦੇਸ਼ੀ ਵਸਤੂਆਂ ਦੀ ਤੁਲਨਾ ਵਿੱਚ ਕਿੰਨੀ। ਤਾਂ ਵਨ ਅਪੋਨ ਆਰ ਦੈਟ ਇਜ਼ ਦਾ ਪ੍ਰਾਈਸ ਆਫ ਫੋਰਨ ਗੁੱਡਸ ਇਨ ਟਰਮਸ ਆਫ ਡੋਮੈਸਟਿਕ ਗੁੱਡਸ। ਇਸ ਤਰ੍ਹਾਂ ਐਮ ਅਪੋਨ ਆਰ ਇਹ ਹੈ ਵੈਲਿਊ ਆਫ ਇੰਪੋਰਟ ਇਨ ਟਰਮਸ ਆਫ ਡੋਮੈਸਟਿਕ ਗੁੱਡਸ। ਤਾਂ ਸੈਕਿੰਡਲੀ ਸਾਨੂੰ ਇਹਦੇ ਵਿੱਚ ਜਿਹੜਾ ਐਕਸਪੋਰਟ ਹੈ ਉਹ ਐਡ ਕਰਨਾ ਪਏਗਾ, ਤਾਂ ਦੈਟ ਪਾਰਟ ਆਫ ਡਿਮਾਂਡ ਫੋਰ ਡੋਮੈਸਟਿਕ ਗੁੱਡਸ ਜਿਹੜਾ ਕਿ ਵਿਦੇਸ਼ਾਂ ਤੋਂ ਆਉਂਦਾ। ਤਾਂ ਹੁਣ ਡਿਟਰਮੀਨੈਂਟਸ ਆਫ ਜਿਹੜੇ ਕੰਜਮਪਸ਼ਨ ਨੇ, ਇਨਵੈਸਟਮੈਂਟ ਹੈ ਅਤੇ ਗੌਰਮੈਂਟ ਐਕਸਪੈਂਡੀਚਰ, ਇਹ ਕੀ ਹੈ? ਤਾਂ ਇਸ ਇਕੁਏਸ਼ਨ ਦੇ ਵਿੱਚ ਜਿਹੜੀ ਪਲੱਸ ਐਂਡ ਮਾਈਨਸ ਸਾਈਨ ਹੈ ਜਿਹੜੇ ਡੋਮੈਸਟਿਕ ਬਾਂਡ, ਇਹ ਇੰਡੀਕੇਟ ਕਰਦੇ ਹੈ ਰਿਲੇਸ਼ਨਸ਼ਿਪ ਕੀ ਹੈ। ਪਲੱਸ ਸਾਈਨ ਜਿਹੜਾ ਸ਼ੋ ਕਰਦਾ ਕਿ ਜਿਸ ਤਰ੍ਹਾਂ ਵਾਈ ਮਾਈਨਸ ਟੀ, ਇਹ ਪੋਜੀਟਿਵ ਰਿਲੇਸ਼ਨਸ਼ਿਪ ਹੈ ਵੇਰੀਏਬਲ ਦੇ ਵਿੱਚ,
कि इनकम ए वाई माइनस टी की है डिस्पोजल इनकम, जो इनकम के बीचों असं टैक्सिस तो माइनस करते तो डिस्पोजल इनकम होगी। कंजम्पशन और डिस्पोजल इनकम का एक पॉजिटिव रिलेशनशिप है, जो इनकम बढ़ेगी कंजम्पशन बढ़ेगी, जो इनकम घटेगी तो कंजम्पशन की है घटेगी। इसी तरह जो आई है इन्वेस्टमेंट है ये पॉजिटिवली डिपेंडेंट है ऑन द प्रोडक्शन, मतलब जो इनकम बढ़ेगी तो इन्वेस्टमेंट बढ़ेगी, प्रोडक्शन बढ़ेगी तो इन्वेस्टमेंट बढ़ेगी, इनकम घटेगी तो इन्वेस्टमेंट की है घटेगी। इसका जो इन्वेस्टमेंट का रेट ऑफ इंटरेस्ट के ना आर समॉल आर की है रेट ऑफ इंटरेस्ट के ना नैगेटिव रिलेशनशिप है, क्योंकि सानू पता है कि रेट ऑफ इंटरेस्ट जो ज़्यादा होंगे तो इन्वेस्टमेंट की है घट होंगी है, जो रेट ऑफ इंटरेस्ट घट हो गई तो इन्वेस्टमेंट की है ज़्यादा। तो असी अज्यूम करते हैं कि जी गवर्नमेंट स्पेंडिंग है जी ए गिवन है, दैट इज एक्सोजेनस, ये कोई तब्दीली नहीं। हूँ डिटरमिनेंट्स ऑफ इंपोर्ट, तो इंपोर्ट्स आर डोमेस्टिक डिमांड फॉर फॉरन गुड, मतलब कि साडे देश के जो नागरिक विदेशी वस्तुओं की मांग करेंगे, जिनी मांग ज़्यादा होगी उन्ना ही इंपोर्ट ज़्यादा होगी। तो ये डिपेंड करती है पॉजिटिवली ऑन डोमेस्टिक इनकम एंड एक्सचेंज रेट, जे इनकम लोगों की ज़्यादा होगी तो विदेशी वस्तुओं की मांग ज़्यादा करेंगे, इंपोर्ट ज़्यादा होगी। जे विदेशी साड़ी इनकम लोगों की घट होगी तो विदेशी वस्तुओं की मांग जी है वो घट होगी। रेट ऑफ एक्सचेंज के नाल भी इसका पॉजिटिव रिलेशन। हाँ, जिहड़ा डेप्रीशिएशन जो होंगी है डोमेस्टिक करंसी के विच तो उस दे नाल जिहड़ियां फॉरन गुड जिहड़ियां ने वह एक्सपेंसिव हो जाएगी, इस दे नाल जिहड़ी डिमांड है फॉरन गुड की घटती है। तो इस तरह जो रियल एक्सचेंज रेट जिहड़ा है इन जे रियल रेट ऑफ एक्सचेंज के विच वाधा हो जाता है, इहदे नाल इंपोर्ट की है ज़्यादा हो जाएगा। तो इस एम दैट इज इंपोर्ट, ए वाई दे नाल ही पॉजिटिव है, इनकम दे नाल ही पॉजिटिव रिलेशनशिप है, अते रियल एक्सचेंज रेट दे नाल भी इसका जिहड़ा पॉजिटिव रिलेशनशिप। जे असीं डिटरमिनेंट्स ऑफ एक्सपोर्ट की गल करिए, एक्सपोर्ट्स जिहड़ियां ने ए फॉरन डिमांड है फॉर डोमेस्टिक, विदेशी नागरिक या विदेशी सरकारां जिहड़ियां ने साडे देश विच वस्तुआं साडे देश दी वस्तु दी मांग करदे, ये डिपेंड करता है फॉरन इनकम दे वाई एफ फॉरन इनकम अते एक्सचेंज रेट। जे विदेशी लोगों की इनकम ज़्यादा होएगी तो साडी वस्तुआं दी मांग विदेशों दे विच की होएगी ज़्यादा, अते हायर इनकम के नाल हायर एक्सपोर्ट की है होगा। अते जिहड़ा रियल एक्सचेंज रेट है इहदा एक्सपोर्ट के नाल की है नैगेटिव रिलेशनशिप है, जे प्राइस जिहड़ी है डोमेस्टिक गुड की इन टर्म्स ऑफ फॉरन गुड्स लोअर है, जे हायर प्राइस होवे वस्तुओं की साडे देश विच बनी वस्तुओं की
ਵਿਦੇਸ਼ੀ ਵਸਤੂਆਂ ਦੀ ਤੁਲਨਾ ਨਾਲੋਂ ਤਾਂ ਐਕਸਪੋਰਟ ਕੀ ਹੈ ਘੱਟ ਹੋਏਗਾ। ਅਤੇ ਜੇ ਇਹਦਾ ਮਤਲਬ ਕੀ ਹੈ ਰੀਅਲ ਐਕਸਚੇਂਜ ਰੇਟ ਕੀ ਹੈ ਜ਼ਿਆਦਾ ਹੋਏਗਾ ਅਤੇ ਸਾਡਾ ਐਕਸਪੋਰਟ ਕੀ ਹੈ ਘੱਟ ਹੋਏਗਾ ਅਤੇ ਸਾਨੂੰ ਜਿਹੜੀ ਵਿਦੇਸ਼ੀ ਮੁਦਰਾ ਉਹ ਕੀ ਹੈ ਘੱਟ ਹੋਏਗੀ। ਅਤੇ ਇਸ ਦੇ ਉਲਟ ਜੇ ਸਾਡੇ ਦੇਸ਼ ਵਿੱਚ ਬਣੀ ਹੋਈ ਵਸਤੂਆਂ ਦੀ ਕੀਮਤ ਵਿਦੇਸ਼ੀ ਵਸਤੂਆਂ ਦੀ ਤੁਲਨਾ ਨਾਲੋਂ ਘੱਟ ਹੈ ਤਾਂ ਰੀਅਲ ਐਕਸਚੇਂਜ ਰੇਟ ਜਿਹੜਾ ਹੈ ਉਹ ਕੀ ਹੈ ਘੱਟ ਹੋਏਗਾ। ਤਾਂ ਉਹਦੇ ਨਾਲ ਸਾਡੀ ਜਿਹੜੀ ਬਣੀ ਹੋਈ ਵਸਤੂਆਂ ਦੀ ਜਿਹੜੀ ਮੰਗ ਹੈ ਦੂਜੇ ਦੇਸ਼ਾਂ ਦੇ ਵਿੱਚ ਜ਼ਿਆਦਾ। ਤਾਂ ਜੇ ਇਹ ਸਾਰੇ ਕੰਪੋਨੈਂਟਸ ਨੂੰ ਅਸੀਂ ਇਕੱਠਾ ਕਰ ਲਈਏ, ਦੈਟ ਇਜ਼ ਕੰਜਮਸ਼ਨ ਪਲੱਸ ਇਨਵੈਸਟਮੈਂਟ ਪਲੱਸ ਗੌਰਮੈਂਟ ਐਕਸਪੈਂਡੀਚਰ, ਤਾਂ ਜੇ ਅਸੀਂ ਅਜੂਮ ਕਰੀਏ ਕਿ ਪ੍ਰਾਈਸ ਲੈਵਲ ਜਿਹੜੀ ਹੈ ਉਹ ਕੌਂਸਟੈਂਟ ਹੈ ਅਤੇ ਜਿਹੜਾ ਆਊਟਪੁੱਟ ਡਿਮਾਂਡਡ ਹੈ ਉਹ ਸਪਲਾਈ ਦੇ ਬਰਾਬਰ ਹੈ, ਡਿਮਾਂਡ ਸਪਲਾਈ ਦੇ ਬਰਾਬਰ ਹੈ ਅਤੇ ਇਸ ਦੇ ਵਿੱਚ ਅਸੀਂ ਕੈਪੀਟਲ ਅਕਾਊਂਟ ਨੂੰ ਇੰਕਲੂਡ ਨਹੀਂ ਕਰ ਰਹੇ ਅਤੇ ਫੋਰ ਦੀ ਟਾਈਮਿੰਗ ਕਰੰਟ ਅਕਾਊਂਟ ਜਿਹੜਾ ਹੈ ਉਹ ਬੈਲੈਂਸ ਆਫ ਪੇਮੈਂਟ ਦੇ ਤੌਰ 'ਤੇ ਅਸੀਂ ਟ੍ਰੀਟ ਕਰ ਰਹੇ ਹਾਂ। ਤਾਂ ਜਿਹੜੇ ਡਿਮਾਂਡ ਦੇ ਡਿਫਰੈਂਟ ਕੰਪੋਨੈਂਟਸ ਹੈ ਅਗੇਂਸਟ ਆਊਟਪੁੱਟ, ਜੇ ਇਹਨਾਂ ਸਾਰਿਆਂ ਨੂੰ ਅਸੀਂ ਕੌਂਸਟੈਂਟ ਮੰਨ ਲਈਏ, ਇੰਟਰਸਟ ਰੇਟ, ਟੈਕਸਿਸ, ਗੌਰਮੈਂਟ ਸਪੈਂਡਿੰਗ, ਫੋਰਨ ਆਊਟਪੁੱਟ ਐਂਡ ਰੀਅਲ ਐਕਸਚੇਂਜ, ਇਹਨਾਂ ਨੂੰ ਅਸੀਂ ਕੌਂਸਟੈਂਟ ਮੰਨ ਲਈਏ ਤਾਂ ਡੀ ਡੀ ਜਿਹੜੀ ਹੈ ਇਹ ਡੋਮੈਸਟਿਕ ਡਿਮਾਂਡ ਨੂੰ ਸ਼ੋਅ ਕਰਦੀ ਹੈ ਜਿਹੜੀ ਕਿ ਆਊਟਪੁੱਟ ਦਾ ਕੀ ਹੈ ਫੰਕਸ਼ਨ। ਤਾਂ ਇਸਦੀ ਜਿਹੜੀ ਸਲੋਪ ਹੈ ਇਹ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ, ਦੈਟ ਡਿਮਾਂਡ ਅਤੇ ਆਊਟਪੁੱਟ ਜਿਹੜੀ ਹੈ ਇਹ ਪੋਜ਼ਿਟਿਵ ਹੈ ਲੇਕਿਨ ਇੱਕ ਤੋਂ ਕੀ ਹੈ ਘੱਟ। ਤਾਂ ਆਊਟਪੁੱਟ ਦੇ ਵਿੱਚ ਵਾਧਾ ਹੋਣ ਦੇ ਨਾਲ ਡਿਮਾਂਡ ਜਿਹੜੀ ਹੈ ਵੱਧ ਜਾਏਗੀ ਪਰ ਇੱਕ ਤੋਂ ਕੀ ਹੋਏਗੀ ਘੱਟ। ਜੇ ਅਸੀਂ ਡਿਮਾਂਡ ਫੋਰ ਡੋਮੈਸਟਿਕ ਗੁੱਡਸ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇੰਪੋਰਟ ਨੂੰ ਮਾਈਨਸ ਕਰਾਂਗੇ ਅਤੇ ਐਕਸਪੋਰਟ ਨੂੰ ਕੀ ਕਰਾਂਗੇ ਐਡ ਕਰਾਂਗੇ। ਤਾਂ ਇਹ ਜਿਹੜੀ ਲਾਈਨ ਹੈ ਇਹ ਰਿਪ੍ਰਜੈਂਟ ਕਰਦੀ ਹੈ ਡੋਮੈਸਟਿਕ ਡਿਮਾਂਡ ਫੋਰ ਡੋਮੈਸਟਿਕ ਗੁੱਡਸ। ਇਹ ਜਿਹੜਾ ਡੀ ਡੀ ਅਤੇ ਏ ਦੇ ਵਿੱਚ ਡਿਫਰੈਂਸ ਹੈ ਇਹ ਦੈਟ ਇਜ਼ ਇਕੁਅਲ ਟੂ ਦਾ ਵੈਲਿਊ ਆਫ ਇੰਪੋਰਟ, ਦੈਟ ਇਜ਼ ਐਮ ਅਪੋਨ ਆਰ। ਤਾਂ ਕਿਉਂਕਿ ਕੁਆਂਟਿਟੀ ਆਫ ਇੰਪੋਰਟ ਇਨਕਮ ਇਨਕਰੀਸ ਹੋਣ ਦੇ ਨਾਲ ਇਨਕਰੀਸ ਹੁੰਦੀ ਹੈ ਤਾਂ ਇਸ ਕਰਕੇ ਜਿਹੜੇ ਇਹਨਾਂ ਵਿੱਚ ਡਿਸਟੈਂਸ ਹੈ ਜਦੋਂ ਇਨਕਮ ਵਧੀ ਜਾਂਦੀ ਹੈ ਇਹਨਾਂ ਵਿੱਚ ਜਿਹੜਾ ਗੈਪ ਹੈ ਇੰਪੋਰਟ ਜਿਹੜੀ ਹੈ ਉਹ ਵਧੀ ਜਾ ਰਹੀ ਹੈ ਤਾਂ ਇਹਨਾਂ ਵਿੱਚ ਜਿਹੜਾ ਗੈਪ ਹੈ ਵਿਦ ਦਾ ਇਨਕਰੀਜ ਇਨ ਇਨਕਮ ਉਹ ਕੀ ਹੈ ਵੱਧ ਰਹੀ ਹੈ। ਤਾਂ ਅਸੀਂ ਇਹ ਓਬਜ਼ਰਵ ਕਰ ਰਹੇ ਹਾਂ ਇਹਦੇ ਵਿੱਚ ਇਹ ਇਹ ਇੱਕ ਫਲੈਟ ਹੈ ਐਜ ਕੰਪੇਅਰ ਟੂ ਦਾ ਕਰਵ ਡੀ ਡੀ, ਕਿਉਂਕਿ ਜਦੋਂ ਇਨਕਮ ਵਿੱਚ ਵਾਧਾ ਹੁੰਦਾ ਹੈ ਤਾਂ ਜਿਹੜੀ ਪਾਰਟ ਆਫ ਅਡੀਸ਼ਨਲ ਡਿਮਾਂਡ ਫੋਰ ਡੋਮੈਸਟਿਕ ਗੁੱਡਸ ਇਜ਼ ਫੋਰ ਫੋਰਨ ਗੁੱਡਸ ਰਾਦਰ ਦੈਨ ਫੋਰ ਡੋਮੈਸਟਿਕ ਗੁੱਡਸ। ਜਦੋਂ ਇਨਕਮ ਵੱਧਦੀ ਹੈ ਤਾਂ ਜਿਹੜੀ ਇੰਪੋਰਟ ਹੈ ਉਹ ਕੀ ਹੈ ਇਨਕਰੀਜ ਹੋ ਰਹੀ ਹੈ, ਵਿਦੇਸ਼ੀ ਵਸਤੂਆਂ ਦੀ ਮੰਗ ਕੀ ਹੈ ਵੱਧ ਜਾਂਦੀ ਹੈ ਅਤੇ ਡੋਮੈਸਟਿਕ ਗੁੱਡਸ ਦੀ ਡਿਮਾਂਡ ਹੈ ਘੱਟ। ਦੂਸਰੇ ਸ਼ਬਦਾਂ ਦੇ ਵਿੱਚ ਜਦੋਂ ਇਨਕਮ ਵਿੱਚ ਵੱਧਦੀ ਹੈ
ਡੋਮੈਸਟਿਕ ਡਿਮਾਂਡ ਫੋਰ ਡੋਮੈਸਟਿਕ ਗੁੱਡ ਜਿਹੜੀ ਇਨਕਰੀਜ ਹੁੰਦੀ ਹੈ ਲੈਸ ਦੈਨ ਦਾ ਟੋਟਲ ਡੋਮੈਸਟਿਕ ਡਿਮਾਂਡ। ਜੇ ਅਸੀਂ ਇਸ 10.1 ਦੇ ਵਿੱਚ ਅਸੀਂ ਇਹ ਸੀ ਨੂੰ ਦੇਖੀਏ, ਜੇ ਅਸੀਂ ਇਸਦੇ ਵਿੱਚ ਐਕਸਪੋਰਟ ਨੂੰ ਐਡ ਕਰ ਦਈਏ ਤਾਂ ਸਾਡੇ ਕੋਲ ਇੱਕ ਕਰਵ ਜੈੱਡ ਜੈੱਡ ਬਣ ਜਾਏਗੀ ਜਿਹੜੀ ਕਿ ਏ ਲਾਈਨ ਤੋਂ ਉੱਪਰ ਹੈ। ਇਹ ਜੈੱਡ ਜੈੱਡ ਲਾਈਨ ਜਿਹੜੀ ਹੈ ਇਹ ਰਿਪ੍ਰਜੈਂਟ ਕਰਦੀ ਹੈ ਡਿਮਾਂਡ ਫੋਰ ਡੋਮੈਸਟਿਕ ਗੁੱਡਸ। ਤਾਂ ਇਹ ਜਿਹੜਾ ਡਿਸਟੈਂਸ ਹੈ ਜੈੱਡ ਜੈੱਡ ਅਤੇ ਏ ਇਹ ਸਾਨੂੰ ਐਕਸਪੋਰਟ ਨੂੰ ਸ਼ੋ ਕਰਦਾ। ਤਾਂ ਜਦੋਂ ਐਕਸਪੋਰਟ ਜਿਹੜਾ ਹੈ ਡੋਮੈਸਟਿਕ ਇਨਕਮ 'ਤੇ ਡਿਪੈਂਡ ਨਹੀਂ ਕਰਦਾ, ਰਾਦਰ ਇਹ ਡਿਪੈਂਡ ਕਰਦਾ ਫੋਰਨ ਇਨਕਮ ਦੇ ਉੱਤੇ। ਤਾਂ ਇਹ ਜਿਹੜਾ ਡਿਸਟੈਂਸ ਹੈ ਜੈੱਡ ਜੈੱਡ ਅਤੇ ਏ ਦੇ ਵਿਚਕਾਰ ਇਹ ਕੀ ਹੈ, ਕੋਂਸਟੈਂਟ ਹੈ। ਦੋਨੋਂ ਲਾਈਨਸ ਇੱਕ ਦੂਜੇ ਦੇ ਅਸੀਂ ਦੇਖ ਰਹੇ ਹਾਂ ਕਿ ਇਹ ਪੈਰਲਲ ਹੈ, ਕਿਉਂਕਿ ਏ ਕਰਵ ਜ਼ਿਆਦਾ ਫਲੈਟ ਹੈ ਦੈਨ DD। ਤਾਂ ਜੈੱਡ ਜੈੱਡ ਵੀ ਜਿਹੜੀ ਹੈ DD ਦੇ ਨਾਲੋਂ ਜ਼ਿਆਦਾ ਫਲੈਟ ਹੋਏ। ਤਾਂ ਇਸ ਕਰਵ ਦੇ ਉੱਪਰਲੇ ਪਾਸੇ ਸੀ ਪਾਰਟ 'ਚ ਅਸੀਂ ਦੇਖਦੇ ਹਾਂ ਕਿ ਜਿਹੜੀ ਜੈੱਡ ਜੈੱਡ ਲਾਈਨ ਹੈ ਇਹ ਡਿਮਾਂਡ ਫੋਰ ਡੋਮੈਸਟਿਕ ਗੁੱਡਸ ਨੂੰ ਸ਼ੋਅ ਕਰ ਰਹੀ ਹੈ, ਜਿਸ ਨੂੰ ਵਿੱਚ ਅਸੀਂ ਕੀ ਕਰਦੇ ਹਾਂ ਜਦੋਂ ਆਊਟਪੁੱਟ ਜਾਂ ਇਨਕਮ ਲੈਵਲ ਵੱਧਦੀ ਹੈ ਤਾਂ ਜਿਹੜਾ ਡਿਸਟੈਂਸ ਹੈ AC ਜਿਹੜਾ AC ਡਿਸਟੈਂਸ ਹੈ ਇਹ ਸਾਨੂੰ ਐਕਸਪੋਰਟ ਦੇ ਬਾਰੇ ਦੱਸਦਾ ਅਤੇ ਇੰਪੋਰਟ ਜਿਹੜਾ ਹੈ ਉਹ AB ਸ਼ੋ ਹੋ ਰਿਹਾ ਅਤੇ ਨੈੱਟ ਐਕਸਪੋਰਟ ਜਿਹੜਾ ਹੈ ਉਹ ਸਾਨੂੰ BC ਰਾਹੀਂ ਪਤਾ ਲੱਗਦਾ। ਅਤੇ ਜਿਹੜਾ ਨਿਚਲਾ ਪੋਰਸ਼ਨ ਹੈ 10.1 ਦਾ ਜਿਹੜਾ D ਪੋਰਸ਼ਨ ਹੈ ਇਹ ਸਾਨੂੰ ਸ਼ੋ ਕਰਦਾ ਹੈ ਕਿ ਨੈੱਟ ਐਕਸਪੋਰਟਸ ਇਜ਼ ਏ ਡਿਕਰੀਜ਼ਿੰਗ ਫੰਕਸ਼ਨ ਆਫ ਆਊਟਪੁੱਟ। ਅਤੇ ਜਿਉਂ ਜਿਉਂ ਇਨਕਮ ਵੱਧਦੀ ਹੈ ਸਾਨੂੰ ਪਤਾ ਹੈ ਇੰਪੋਰਟ ਵੱਧਦਾ ਹੈ ਅਤੇ ਐਕਸਪੋਰਟ ਜਿਹੜਾ ਉਹ ਕੀ ਹੈ ਘੱਟਦਾ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਨੈੱਟ ਐਕਸਪੋਰਟ ਜਿਹੜਾ ਹੈ ਆਊਟਪੁੱਟ 'ਤੇ ਡਿਪੈਂਡ ਕਰਦਾ ਹੈ, ਪਰ ਜਿਉਂ ਜਿਉਂ ਘਰੇਲੂ ਇਨਕਮ ਦੇ ਵਿੱਚ ਵਾਧਾ ਹੁੰਦਾ ਹੈ ਕਿਉਂਕਿ ਨੈੱਟ ਜਿਹੜਾ ਇੰਪੋਰਟ ਵੱਧਦਾ ਹੈ ਐਕਸਪੋਰਟ ਕੀ ਹੈ ਘੱਟਦਾ ਹੈ ਅਤੇ ਨੈੱਟ ਐਕਸਪੋਰਟ ਜਿਹੜਾ ਹੈ ਇਹਦੇ ਨਾਲ ਜਿਹੜਾ ਹੈ ਇਨਵਰਸ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਪਾਇਆ ਜਾਂਦਾ। ਜਿਹੜਾ ਇਹ ਨੈੱਟ ਐਕਸਪੋਰਟ ਦਾ ਜਿਹੜਾ ਰਿਲੇਸ਼ਨਸ਼ਿਪ ਹੈ ਮੈਂ ਦੱਸ ਚੁੱਕਾ ਕਿ ਦੈਟਸ ਦਾ ਡਿਕਰੀਜ਼ਿੰਗ ਫੰਕਸ਼ਨ ਆਫ ਦਾ ਆਊਟਪੁੱਟ। ਹੁਣ ਅਸੀਂ ਡਿਸਕਸ ਕਰਦੇ ਹਾਂ ਗੁੱਡਸ ਮਾਰਕੀਟ ਇਕੁਇਲੀਬ੍ਰੀਅਮ। ਗੁੱਡਸ ਮਾਰਕੀਟ ਦੀ ਇਕੁਇਲੀਬ੍ਰੀਅਮ ਦੇ ਵਿੱਚ ਜਿਹੜਾ ਆਊਟਪੁੱਟ ਹੈ ਦੈਟ ਇਜ਼ ਦਾ ਲੈਫਟ ਸਾਈਡ ਆਫ ਦਾ ਇਕੁਏਸ਼ਨ ਜਿਹੜਾ 10.14 ਉਹ ਰਾਈਟ ਸਾਈਡ ਦੇ ਬਰਾਬਰ ਹੋਣਾ ਚਾਹੀਦਾ ਹੈ, ਦੈਟ ਇਜ਼ ਦਾ ਡਿਮਾਂਡ ਫੋਰ ਡੋਮੈਸਟਿਕ ਗੁੱਡਸ। ਤਾਂ ਵਾਈ ਦੈਟ ਇਜ਼ ਆਊਟਪੁੱਟ ਜਾਂ ਇਨਕਮ ਦੈਟ ਇਜ਼ ਇਕੁਅਲ ਟੂ ਕੰਜਮਸ਼ਨ ਦੈਟ ਇਜ਼ ਵਾਈ ਮਾਈਨਸ 3 ਡਿਸਪੋਜ਼ਲ ਇਨਕਮ।
ਅਤੇ ਇਨਵੈਸਟਮੈਂਟ ਜਿਹੜਾ ਹੈ ਉਹ ਅਸੀਂ ਕੀਤਾ ਹੋਣੀ ਇਨਕਮ ਦੇ ਨਾਲ ਅਤੇ ਰੇਟ ਆਫ ਇਨਕਮ ਦੇ ਨਾਲ ਪੋਜ਼ਿਟਿਵ ਰਿਲੇਟਡ ਹੈ ਅਤੇ ਰੇਟ ਆਫ ਇੰਟਰਸਟ ਦੇ ਨਾਲ ਨੈਗੇਟਿਵ ਰਿਲੇਸ਼ਨ ਹੈ। ਜਿਹੜਾ ਜੀ ਹੈ ਇਸ ਨੂੰ ਅਸੀਂ ਕੋਂਸਟੈਂਟ ਮੰਨਦੇ ਹਾਂ ਅਤੇ ਜਿਹੜਾ ਐਕਸਪੋਰਟ ਹੈ ਉਹ ਫੋਰਨ ਇਨਕਮ ਦੇ ਨਾਲ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ ਅਤੇ ਰੀਅਲ ਐਕਸਚੇਂਜ ਰੇਟ ਦੇ ਨਾਲ ਨੈਗੇਟਿਵ ਰਿਲੇਸ਼ਨਸ਼ਿਪ ਹੈ ਅਤੇ ਜਿਹੜਾ ਇੰਪੋਰਟ ਹੈ ਉਹ ਡੋਮੈਸਟਿਕ ਇਨਕਮ ਜਿਉਂ ਜਿਉਂ ਵਧੀ ਜਾਏਗੀ ਅਸੀਂ ਫੋਰਨ ਗੁੱਡਸ ਦੀ ਡਿਮਾਂਡ ਜ਼ਿਆਦਾ ਕਰਾਂਗੇ ਇੰਪੋਰਟ ਜ਼ਿਆਦਾ ਹੋਏਗਾ ਅਤੇ ਰੀਅਲ ਐਕਸਚੇਂਜ ਰੇਟ ਦੇ ਨਾਲ ਵੀ ਇਹ ਪੋਜ਼ਿਟਿਵ ਰਿਲੇਸ਼ਨਸ਼ਿਪ ਆਏਗਾ। ਤਾਂ ਇਹ ਜਿਹੜੀ ਇਕੁਲੀਬ੍ਰੀਅਮ ਕੰਡੀਸ਼ਨ ਹੈ ਇਹ ਡਿਟਰਮਿਨ ਕਰਦੀ ਹੈ ਕਿ ਆਊਟਪੁੱਟ ਇਹ ਸਾਰੇ ਵੇਰੀਏਬਲ ਦਾ ਫੰਕਸ਼ਨ ਹੈ। ਤਾਂ ਟੈਕਸਿਸ ਤੋਂ ਲੈ ਕੇ ਰੀਅਲ ਐਕਸਚੇਂਜ ਰੇਟ ਟੂ ਫੋਰਨ ਆਊਟਪੁੱਟ ਦੇ ਨਾਲ ਤਾਂ ਇਹ ਜਿਹੜੀ 10.2 ਜਿਹੜੀ ਡਾਇਗਰਾਮ ਹੈ ਇਹਦੇ ਵਿੱਚ ਅਸੀਂ ਆਊਟਪੁੱਟ ਨੂੰ ਐਕਸ ਐਕਸਿਸ 'ਤੇ ਅਤੇ ਡਿਮਾਂਡ ਨੂੰ ਵਾਈ ਐਕਸਿਸ 'ਤੇ ਲੈ ਰਹੇ ਹਾਂ ਤਾਂ ਜਿੱਥੇ ਇਹ ਵਾਈ ਅਤੇ ਜੈਡ ਕਰਵ ਇੱਕ ਦੂਜੇ ਨੂੰ ਇੰਟਰਸੈਕਟ ਕਰਦੇ ਹਾਂ ਕੱਟਦੇ ਹਾਂ ਉੱਥੇ ਹੀ ਇਕੁਲੀਬ੍ਰੀਅਮ ਜਿਹੜਾ ਹੈ ਗੁੱਡਸ ਮਾਰਕੀਟ 'ਚ ਐਸਟੈਬਲਿਸ਼ ਹੋਏਗਾ ਉੱਥੇ ਹੀ ਇਕੁਲੀਬ੍ਰੀਅਮ ਆਊਟਪੁੱਟ ਜਿਹੜਾ ਹੈ ਉਹ ਨਿਸ਼ਚਿਤ ਹੋਏਗਾ। ਤਾਂ ਇੱਥੇ ਜਿਹੜਾ ਗੁੱਡਸ ਮਾਰਕੀਟ 'ਚ ਇਕੁਲੀਬ੍ਰੀਅਮ ਜਿਹੜਾ ਹੈ ਸਾਨੂੰ ਪ੍ਰਾਪਤ ਹੋ। ਹੁਣ ਜਿਹੜਾ ਨੈੱਟ ਐਕਸਪੋਰਟ ਹੈ ਨੈੱਟ ਐਕਸਪੋਰਟ ਅਸੀਂ ਕਰ ਚੁੱਕੇ ਹਾਂ ਕਿ ਡਿਫੈਂਸ ਬਿਟਵੀਨ ਐਕਸਪੋਰਟ ਐਂਡ ਇੰਪੋਰਟ ਨੂੰ ਅਸੀਂ ਨੈੱਟ ਐਕਸਪੋਰਟ ਕਹਿ ਦਿੰਦੇ ਹਾਂ। ਤਾਂ ਜੇ ਐਕਸਪੋਰਟ ਇੰਪੋਰਟ ਦੇ ਨਾਲੋਂ ਜ਼ਿਆਦਾ ਹੋਵੇ ਤਾਂ ਕੰਟਰੀ ਦੇ ਵਿੱਚ ਸਰਪਲਸ ਟ੍ਰੇਡ ਹੋਏਗਾ ਜੇ ਐਕਸਪੋਰਟ ਇੰਪੋਰਟ ਨਾਲੋਂ ਘੱਟ ਹੋਵੇ ਤਾਂ ਡੈਫਿਸਿਟ ਟ੍ਰੇਡ ਹੋਇਆ ਘਾਟੇ ਦਾ ਵਪਾਰ ਹੋਇਆ। ਅਤੇ ਐਕਸਪੋਰਟ ਸਾਨੂੰ ਪਤਾ ਅਸੀਂ ਕਈ ਵਾਰੀ ਕਰ ਚੁੱਕੇ ਹਾਂ ਇਹ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ ਫੋਰਨ ਇਨਕਮ ਦੇ ਨਾਲ ਅਤੇ ਰੀਅਲ ਐਕਸਚੇਂਜ ਰੇਟ ਦੇ ਨਾਲ ਨੈਗੇਟਿਵ ਰਿਲੇਸ਼ਨਸ਼ਿਪ ਅਤੇ ਇੰਪੋਰਟ ਦਾ ਡੋਮੈਸਟਿਕ ਇਨਕਮ ਦੇ ਨਾਲ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ ਅਤੇ ਰੀਅਲ ਐਕਸਚੇਂਜ ਰੇਟ ਦੇ ਨਾਲ ਵੀ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ। ਤਾਂ ਜੇ ਅਸੀਂ ਇਹਨਾਂ ਨੂੰ ਕਲੱਬ ਕਰੀਏ ਤਾਂ ਕਿਉਂਕਿ ਐਕਸਪੋਰਟ ਅਤੇ ਇੰਪੋਰਟ ਦੇ ਵੈਲਿਊ ਨੂੰ ਜਿਹੜਾ ਅੰਤਰ ਹੈ ਇਸ ਨੂੰ ਅਸੀਂ ਨੈੱਟ ਐਕਸਪੋਰਟ ਕਹਿ ਦਿੰਦੇ ਹਾਂ। ਤਾਂ ਨੈੱਟ ਐਕਸਪੋਰਟ ਇਸਦਾ ਮਤਲਬ ਇਸਦਾ ਫੰਕਸ਼ਨ ਆਫ ਇਨਕਮ ਡੋਮੈਸਟਿਕ ਇਨਕਮ ਫੋਰਨ ਇਨਕਮ ਅਤੇ ਰੀਅਲ ਐਕਸਚੇਂਜ ਰੇਟ। ਤਾਂ ਇਨਕਮ ਦੇ ਨਾਲ ਨੈੱਟ ਐਕਸਪੋਰਟ ਦਾ ਨੈਗੇਟਿਵ ਰਿਲੇਸ਼ਨਸ਼ਿਪ ਹੈ ਕਿਉਂਕਿ ਡੋਮੈਸਟਿਕ ਇਨਕਮ ਵਧਣ ਦੇ ਨਾਲ ਸਾਨੂੰ ਪਤਾ ਕਿ ਇੰਪੋਰਟ ਜ਼ਿਆਦਾ ਐਕਸਪੋਰਟ ਘੱਟ ਅਤੇ ਵਿਦੇਸ਼ੀ ਇਨਕਮ ਵਧਣ ਦੇ ਨਾਲ ਐਕਸਪੋਰਟ ਜ਼ਿਆਦਾ ਹੋ ਜਾਂਦਾ ਇੰਪੋਰਟ ਘਟੇਗਾ ਅਤੇ ਰੀਅਲ ਐਕਸਚੇਂਜ ਰੇਟ ਦੇ ਨਾਲ ਨੈੱਟ ਐਕਸਪੋਰਟ ਦਾ ਨੈਗੇਟਿਵ ਰਿਲੇਸ਼ਨਸ਼ਿਪ। ਤਾਂ ਜੇ ਅਸੀਂ ਇਕੁਏਸ਼ਨ ਨੂੰ ਕਲੱਬ ਕਰਦੇ ਸੀ ਪਲੱਸ ਆਈ ਪਲੱਸ ਜੀ ਪਲੱਸ ਨੈੱਟ ਐਕਸਪੋਰਟ ਕਰਦੇ ਹਾਂ ਤਾਂ ਸਾਡੇ ਕੋਲ 10.16 ਇਕੁਏਸ਼ਨ ਆ ਜਾਏਗੀ ਦੈਟ ਇਜ਼ ਵਾਈ ਇਜੀਕਲ ਟੂ ਸੀ ਕੰਜਮਪਸ਼ਨ ਡਿਸਪੋਜ਼ਲ ਇਨਕਮ ਦਾ ਫੰਕਸ਼ਨ ਹੈ ਪੋਜ਼ਿਟਿਵ ਰਿਲੇਸ਼ਨ ਹੈ ਇਨਵੈਸਟਮੈਂਟ ਜਿਹੜਾ ਹੈ ਇਨਕਮ ਦੇ ਨਾਲ ਪੋਜ਼ਿਟਿਵ ਅਤੇ ਰੇਟ ਆਫ ਇੰਟਰਸਟ ਨੈਗੇਟਿਵ
ਗਵਰਨਮੈਂਟ ਐਕਸਪੈਂਡੀਚਰ ਜਿਹੜਾ ਹੈ ਉਹ ਗਿਵਨ ਹੈ ਅਤੇ ਨੈਟ ਐਕਸਪੋਰਟ ਆਪਾਂ ਹੁਣੇ ਕਰ ਚੁੱਕੇ ਹਾਂ। ਤਾਂ ਇਸ ਇਕੁਏਸ਼ਨ ਤੋਂ ਜਿਹੜੀ ਸਾਡੇ ਕੋਲ 10.15A ਜਾਂ 10.16 ਇਸ ਤੋਂ ਸਾਨੂੰ ਕੀ ਪਤਾ ਲੱਗਦਾ ਕਿ ਜੇ ਵਿਦੇਸ਼ੀ ਇਨਕਮ ਵੱਧਦੀ ਹੈ ਤਾਂ ਬਾਕੀ ਗੱਲਾਂ ਸਥਿਰ ਰਹਿੰਦੀਆਂ, ਤਾਂ ਉਹਦੇ ਨਾਲ ਜਿਹੜੀ ਡਿਮਾਂਡ ਫੋਰ ਐਕਸਪੋਰਟ ਹੈ ਉਹ ਇਨਕਰੀਜ ਹੁੰਦੀ ਹੈ। ਜੇ ਡਿਮਾਂਡ ਫੋਰ ਐਕਸਪੋਰਟ ਇਨਕਰੀਜ ਹੁੰਦੀ ਹੈ ਤਾਂ ਕੰਟਰੀ ਦੀ ਜਿਹੜੀ ਟ੍ਰੇਡ ਬੈਲੈਂਸ ਹੈ ਉਹ ਇੰਪਰੂਵ ਹੋਏਗੀ। ਇਹਦੇ ਨਾਲ ਕੰਟਰੀ ਦੀ ਜਿਹੜੀ ਹੋਮ ਕੰਟਰੀ ਦੀ ਐਗਰੀਗੇਟ ਡਿਮਾਂਡ ਕੀ ਹੈ ਇਨਕਰੀਜ ਹੋਏਗੀ। ਅਤੇ ਦੂਸਰੇ ਪਾਸੇ ਜੇ ਰੀਅਲ ਐਕਸਚੇਂਜ ਇਨਕਰੀਜ ਹੁੰਦਾ ਇਹਦੇ ਨਾਲ ਨੈੱਟ ਐਕਸਪੋਰਟ ਕੀ ਹੈ ਉਹ ਘਟੇਗਾ ਅਤੇ ਰੀਅਲ ਐਪਰੀਸ਼ੀਏਸ਼ਨ ਆਫ ਡੋਲਰ ਅਗੇਂਸਟ ਯੂਰੋ ਇਹਦੇ ਨਾਲ ਇੰਪੋਰਟ ਜਿਹੜਾ ਉਹ ਚੀਪ ਹੋਏਗਾ ਫੋਰ ਦਾ ਯੂਐਸ ਰੈਜੀਡੈਂਟਸ ਐਂਡ ਯੂਐਸ ਐਕਸਪੋਰਟ ਜਿਹੜਾ ਉਹ ਕੋਸਟਲੀ ਹੋਏਗਾ ਫੋਰ ਦਾ ਯੂਰੋਪੀਅਨ ਬਾਈ ਰੇਜਿੰਗ ਦਾ ਪ੍ਰਾਈਸ ਆਫ ਡੋਮੈਸਟਿਕ ਕਰੰਸੀ ਇਨ ਟਰਮਸ ਆਫ ਫੋਰਨ ਕਰੰਸੀ। ਅਤੇ ਜੇ ਡੋਮੈਸਟਿਕ ਇਨਕਮ ਇਨਕਰੀਜ ਹੁੰਦੀ ਹੈ ਤਾਂ ਉਹਦੇ ਨਾਲ ਜਿਹੜੀ ਕੰਜਮਪਸ਼ਨ ਆਫ ਗੁੱਡਸ ਇੰਕਲੂਡਿੰਗ ਇੰਪੋਰਟ ਜਿਹੜੀ ਹੈ ਉਹ ਕੀ ਹੈ ਵਧੇਗੀ ਅਤੇ ਹਾਇਰ ਇੰਪੋਰਟ 'ਤੇ ਸਪੈਂਡਿੰਗ ਜ਼ਿਆਦਾ ਹੋਏਗੀ ਜਿਹਦੇ ਨਾਲ ਨੈੱਟ ਐਕਸਪੋਰਟ ਸਾਡਾ ਕੀ ਹੈ ਉਹ ਘਟੇਗਾ ਅਤੇ ਬੈਲੈਂਸ ਆਫ ਟ੍ਰੇਡ ਵੀ ਹੈ ਉਹ ਡਿਟੀਰੀਓਰੇਟ ਹੋਏਗਾ। ਅਤੇ 10.16 ਜਿਹੜੀ ਇਕੁਏਸ਼ਨ ਹੈ ਇਹਦੇ ਇੰਪਲੀਕੇਸ਼ਨਸ ਇਹ ਹੈ ਕਿ ਜੇ ਇੰਟਰਸਟ ਰੇਟ ਦੇ ਵਿੱਚ ਵਾਧਾ ਹੁੰਦਾ ਤਾਂ ਸਾਨੂੰ ਪਤਾ ਹੈ ਇਨਵੈਸਟਮੈਂਟ ਜਿਹੜੀ ਹੈ ਘਟੇਗੀ ਕਿਉਂਕਿ ਇੰਟਰਸਟ ਰੇਟ ਅਤੇ ਇਨਕਮ ਦਾ ਇੰਟਰਸਟ ਰੇਟ ਅਤੇ ਇਨਵੈਸਟਮੈਂਟ ਦਾ ਇਨਵਰਸ ਰਿਲੇਸ਼ਨਸ਼ਿਪ ਅਤੇ ਇਹਦੇ ਨਾਲ ਜੇ ਰੇਟ ਆਫ ਇੰਟਰਸਟ ਵੱਧਦਾ ਹੈ ਇਨਵੈਸਟਮੈਂਟ ਘਟਦੀ ਹੈ ਤਾਂ ਮਲਟੀਪਲਾਇਰ ਪ੍ਰੋਸੈਸ ਦੇ ਰਾਹੀਂ ਆਊਟਪੁੱਟ ਦੇ ਵਿੱਚ ਬਹੁਤ ਜ਼ਿਆਦਾ ਕਮੀ ਆ ਜਾਂਦੀ ਹੈ। ਅਤੇ ਜੇ ਐਕਸਚੇਂਜ ਰੇਟ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਇਹਦੇ ਨਾਲ ਜਿਹੜਾ ਹੈ ਸ਼ਿਫਟ ਇਨ ਦਾ ਡਿਮਾਂਡ ਟੂਵਰਡਸ ਫੋਰਨ ਗੋਲਡ ਜਿਹੜਾ ਉਹ ਹੋ ਜਾਏਗਾ ਜਿਸ ਦੇ ਨਾਲ ਨੈੱਟ ਐਕਸਪੋਰਟ ਜਿਹੜਾ ਉਹ ਕੀ ਹੈ ਘਟੇਗਾ। ਜੇ ਨੈੱਟ ਐਕਸਪੋਰਟ ਘਟੇਗਾ ਤਾਂ ਜਿਹੜੀ ਡਿਮਾਂਡ ਫੋਰ ਡੋਮੈਸਟਿਕ ਗੁੱਡਸ ਹੈ ਉਹ ਕੀ ਹੈ ਘੱਟ ਜਾਏਗੀ। ਇਹਦੇ ਨਾਲ ਮਲਟੀਪਲਾਇਰ ਪ੍ਰੋਸੈਸ ਰਾਹੀਂ ਜਿਹੜੀ ਆਊਟਪੁੱਟ ਹੈ ਉਹ ਕੀ ਹੈ ਘੱਟ ਜਾਏ। ਹੁਣ ਜੇ ਅਸੀਂ ਡਿਸਕਸ ਕਰੀਏ ਆਈਐਸ ਕਰਵ ਇਨ ਓਪਨ ਇਕੋਨਮੀ, ਆਈਐਸ ਕਰਵ ਜਿਹੜੀ ਹੈ ਆਈਐਸ ਦਾ ਮਤਲਬ ਆਈ ਮੀਨਸ ਇਨਵੈਸਟਮੈਂਟ ਐਸ ਮੀਨਸ ਸੇਵਿੰਗ, ਇਹ ਆਈਐਸ ਕਰਵ ਸਾਨੂੰ ਗੁੱਡਸ ਮਾਰਕੀਟ ਦੇ ਇਕੁਲੀਬ੍ਰੀਅਮ ਦੇ ਵਿੱਚ ਨੂੰ ਸ਼ੋ ਕਰਦੀ ਹੈ। ਇਹ ਸਾਨੂੰ ਸ਼ੋ ਕਰਦੀ ਹੈ ਇਕੁਲੀਬ੍ਰੀਅਮ ਲੈਵਲ ਆਫ ਜੀ ਡੀ ਪੀ ਜਿਹੜੀ ਕਿ ਇੰਟਰਸਟ ਰੇਟ ਦੇ ਨਾਲ ਐਸੋਸੀਏਟਿਡ ਹੈ। ਤਾਂ ਜੀ ਡੀ ਪੀ ਉਦੋਂ ਸੰਤੁਲਨ ਦੀ ਹਾਲਤ ਵਿੱਚ ਹੋਏਗੀ ਜਦੋਂ ਜਿਹੜਾ ਡਿਜ਼ਾਇਰਡ ਐਕਸਪੈਂਡੀਚਰ ਜਾਂ ਐਗੀਗੇਟ ਆਊਟਪੁੱਟ ਐਕਚੁਅਲ ਆਊਟਪੁੱਟ 'ਤੇ ਕੀ ਹੋਏਗਾ ਬਰਾਬਰ ਹੋਏਗਾ। ਅਤੇ ਜਦੋਂ ਇੰਜੈਕਸ਼ਨਸ ਅਤੇ ਵਿਦਡਰੋਲ ਮਤਲਬ ਕਿ ਜੋ ਇਕੋਨਮੀ ਦੇ ਵਿੱਚ ਇੰਜੈਕਟ ਹੋ ਰਿਹਾ ਅਤੇ ਜੋ ਇਕੋਨਮੀ 'ਚੋਂ ਬਾਹਰ ਕੱਢਿਆ ਜਾ ਰਿਹਾ ਇੱਕ ਦੂਜੇ ਦੇ ਬਰਾਬਰ ਹੈ, ਤਾਂ ਓਪਨ ਇਕੋਨਮੀ ਦੇ ਵਿੱਚ ਆਈਐਸ ਕਰਵ ਦੇ ਵਿੱਚ ਅਸੀਂ ਨੈੱਟ ਐਕਸਪੋਰਟ ਐਗਰੀਗੇਟ ਡਿਮਾਂਡ ਦੇ ਵਿੱਚ ਇੰਕਲੂਡ ਕਰ ਤਾਂ
ਇਸ ਕਰਵ ਨੂੰ ਅਸੀਂ ਡਰਾਈਵ ਕਰਦੇ ਹਾਂ ਬਾਈ ਇਕੁਏਟਿੰਗ ਦਾ ਆਊਟਪੁੱਟ ਟੂ ਦਾ ਐਗਰੀਗੇਟਿਵ ਡਿਮਾਂਡ। ਤਾਂ ਜੇ ਅਸੀਂ ਇਹਦੇ ਵਿੱਚ ਕੰਜਮਪਸ਼ਨ, ਇਨਵੈਸਟਮੈਂਟ, ਗੌਰਮੈਂਟ ਐਕਸਪੈਂਡੀਚਰ ਅਤੇ ਨੈੱਟ ਐਕਸਪੋਰਟ ਜਿਹੜੇ ਨੇ ਉਹ ਸ਼ਾਮਿਲ ਕਰਦੇ ਹਾਂ, ਜਿਸ ਤਰ੍ਹਾਂ ਉੱਪਰ ਇਕੁਏਸ਼ਨ ਦਿੱਤਾ ਹੋਇਆ ਕਿ ਵਾਈ ਇਜ ਇਕੁਅਲ ਟੂ ਕੰਜਮਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗੌਰਮੈਂਟ ਐਕਸਪੈਂਡੀਚਰ ਪਲੱਸ ਨੈੱਟ ਐਕਸਪੋਰਟ। ਹੁਣ ਕੰਜਮਪਸ਼ਨ ਸਾਨੂੰ ਪਤਾ ਕਿੰਨੀ ਵਾਰੀ ਕਰ ਚੁੱਕੇ ਹਾਂ, ਵਾਈ ਮਾਈਨਸ ਟੀ ਇਨਵੈਸਟਮੈਂਟ ਵਾਈ ਅਤੇ ਆਪ ਜੀ ਨੈੱਟ ਐਕਸਪੋਰਟ ਅਸੀਂ ਕਰ ਚੁੱਕੇ ਹਾਂ। ਤਾਂ ਇਹ ਜਿਹੜੀ 10.3 ਡਾਇਗਰਾਮ ਹੈ ਇਹ ਸਾਨੂੰ ਗੁਡਸ ਅਤੇ ਫਾਈਨੈਂਸ਼ੀਅਲ ਮਾਰਕੀਟ ISLM ਦੇ ਵਿੱਚ, ਗੁਡਸ ਅਤੇ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਜਾਂ ਮਨੀ ਮਾਰਕੀਟ ਦੇ ਵਿੱਚ ਸੰਤੁਲਨ ਨੂੰ ਸ਼ੋਅ ਕਰਦੇ। ਤਾਂ ISCurve ਕੀ ਹੈ, ਦੱਸ ਚੁੱਕੇ ਹਾਂ ਕਿ ਕੰਬੀਨੇਸ਼ਨ ਆਫ ਇੰਟਰਸਟ ਰੇਟ ਐਂਡ ਆਊਟਪੁੱਟ, ਜਿੱਥੇ ਗੁਡਸ ਮਾਰਕੀਟ ਜਿਹੜੀ ਹੈ ਸੰਤੁਲਨ ਦੇ ਵਿੱਚ ਹੋਣਾ, ਅਤੇ LM curve ਜਿਹੜੀ ਹੈ ਸ਼ੋਅ ਕਰਦੀ ਹੈ ਕੰਬੀਨੇਸ਼ਨ ਆਫ ਰੇਟ ਆਫ ਇੰਟਰਸਟ ਅਤੇ ਆਊਟਪੁੱਟ, ਜਿੱਥੇ ਮਨੀ ਮਾਰਕੀਟ ਜਿਹੜੀ ਹੈ ਸੰਤੁਲਨ ਦੇ ਵਿੱਚ ਹੋਣਾ। ਤਾਂ ਜਿਹੜਾ ਇਕੁਲੀਬ੍ਰੀਅਮ ਇਹ ਹੈ, ਇਹ ਸਾਨੂੰ ਸ਼ੋਅ ਕਰਦਾ ਹੈ ਇਹ ਪੁਆਇੰਟ ਜਿੱਥੇ ਗੁਡਸ ਮਾਰਕੀਟ ਅਤੇ ਮਨੀ ਮਾਰਕੀਟ ਦੋਨੋਂ ਜਿਹੜੇ ਨੇ ਸੰਤੁਲਨ ਦੇ ਹੱਲ ਵਿੱਚ ਹੋਣਗੇ। ਤਾਂ ਇਹ ਬਿੰਦੂ ਜਿੱਥੇ ਦੋਨੋਂ ਕਰਵਸ ਇੱਕ ਦੂਜੇ ਨੂੰ ਇੰਟਰਸੈਕਟ ਕਰਦੇ ਹਨ, ਦੈਟਸ ਦਾ ਪੁਆਇੰਟ ਆਫ ਇਕੁਲੀਬ੍ਰੀਅਮ। ਇਸ ਬਿੰਦੂ 'ਤੇ ਜੋ ਰੇਟ ਆਫ ਇੰਟਰਸਟ ਨਿਸ਼ਚਿਤ ਹੁੰਦਾ ਹੈ ਔਰ ਇਨ ਟਰਮਸ ਆਫ ਡੋਮੈਸਟਿਕ ਗੁਡਸ, ਤਾਂ ਫਿਰ ਡੋਮੈਸਟਿਕ ਡਿਮਾਂਡ ਦੀ ਅਸੀਂ ਗੱਲ ਕੀਤੀ ਕਿ ਕੰਜਮਪਸ਼ਨ, ਇਨਵੈਸਟਮੈਂਟ ਅਤੇ ਗੌਰਮੈਂਟ ਐਕਸਪੈਂਡੀਚਰ 'ਤੇ ਕਿਹੜੇ ਕਿਹੜੇ ਡਿਟਰਮੀਨੈਂਟ ਨੇ। ਕੰਜਮਪਸ਼ਨ ਇਜ਼ ਦਾ ਫੰਕਸ਼ਨ ਔਫ ਡਿਸਪੋਜ਼ਲ ਇਨਕਮ, ਪੋਜ਼ੀਟਿਵਲੀ ਰਿਲੇਟਿਡ ਹੈ। ਇਨਵੈਸਟਮੈਂਟ ਇਨਕਮ ਦੇ ਨਾਲ ਪੋਜ਼ੀਟਿਵ ਅਤੇ ਰੇਟ ਆਫ ਇੰਟਰਸਟ ਦਾ ਨੈਗੇਟਿਵ, ਅਤੇ ਗੌਰਮੈਂਟ ਐਕਸਪੈਂਡੀਚਰ ਨੂੰ ਅਸੀਂ ਕੋਂਸਟੈਂਟ ਮੰਨ ਕੇ ਚੱਲਦੇ। ਇੰਪੋਰਟ ਦੇ ਡਿਟਰਮੀਨੈਂਟ ਜਿਹੜਾ ਹੈ, ਇੰਪੋਰਟ ਇਨਕਮ ਦੇ ਨਾਲ ਪੋਜ਼ੀਟਿਵਲੀ ਰਿਲੇਟਿਡ ਹੈ, ਅਤੇ ਰੇਟ ਆਫ ਐਕਸਚੇਂਜ ਦੇ ਨਾਲ, ਐਕਸਚੇਂਜ ਰੇਟ ਦੇ ਨਾਲ ਵੀ ਪੋਜ਼ੀਟਿਵਲੀ ਰਿਲੇਟਿਡ ਹੈ। ਲੇਕਿਨ ਜਿਹੜਾ ਐਕਸਪੋਰਟ ਦੇ ਜਿਹੜੇ ਡਿਟਰਮੀਨੈਂਟ ਨੇ, ਇਹ ਡੋਮੈਸਟਿਕ ਇਨਕਮ 'ਤੇ ਡਿਪੈਂਡ ਨਹੀਂ ਕਰਦਾ, ਵਿਦੇਸ਼ੀ ਇਨਕਮ 'ਤੇ ਡਿਪੈਂਡ ਕਰਦਾ। ਜੇ ਵਿਦੇਸ਼ਾਂ ਦੇ ਵਿੱਚ ਲੋਕਾਂ ਦੀ ਇਨਕਮ ਜ਼ਿਆਦਾ ਹੋਏਗੀ ਤਾਂ ਸਾਡਾ ਐਕਸਪੋਰਟ ਕੀ ਹੈ ਜ਼ਿਆਦਾ ਹੋਏਗਾ, ਅਤੇ ਰੇਟ ਆਫ ਐਕਸਚੇਂਜ ਦੇ ਨਾਲ ਇਹ ਨੈਗੇਟਿਵ ਰਿਲੇਸ਼ਨ ਹੈ। ਮਤਲਬ ਜੇ ਡੋਮੈਸਟਿਕ ਗੁੱਡਸ ਦੀ ਪ੍ਰਾਈਸ ਜਿਹੜੀ ਹੈ ਇਨ ਟਰਮਸ ਆਫ ਫੋਰਨ ਗੁੱਡਸ ਜ਼ਿਆਦਾ ਹੋਏਗੀ ਤਾਂ ਐਕਸਪੋਰਟ ਕੀ ਹੈ ਘੱਟ ਹੋਏ, ਜੇ ਡੋਮੈਸਟਿਕ ਪ੍ਰਾਈਸ ਸਾਡੀ ਇਨ ਟਰਮਸ ਆਫ ਫੋਰਨ ਗੁੱਡਸ ਘੱਟ ਹੋਵੇ ਤਾਂ ਐਕਸਪੋਰਟ ਕੀ ਹੈ ਜ਼ਿਆਦਾ ਹੋਏਗਾ। ਤਾਂ ਜੇ ਅਸੀਂ ਇਹਨਾਂ ਕੰਪੋਨੈਂਟਸ ਨੂੰ ਐਡ ਕਰ ਦਈਏ ਤਾਂ DD ਸਾਡੇ ਕੋਲ ਜਿਹੜੀ ਹੈ ਡੋਮੈਸਟਿਕ ਡਿਮਾਂਡ ਵਧੇਗੀ, ਕਿ ਆਊਟਪੁੱਟ ਵਧਣ ਦੇ ਨਾਲ ਇਨਕਮ ਵਧਣ ਦੇ ਨਾਲ ਡਿਮਾਂਡ ਕੀ ਹੈ ਜ਼ਿਆਦਾ ਹੋਏਗੀ, ਬਟ ਇਟ ਇਜ਼ ਲੈਸ ਦੈਨ 1। ਤਾਂ ਜੇ ਅਸੀਂ ਇਹਦੇ ਵਿੱਚ ਇੰਪੋਰਟ ਐਡ ਕਰ ਦਈਏ ਤਾਂ ਇਹ ਕਰਵ ਜਿਹੜੀ ਹੈ ਕੰਪੈਰੀਟਿਵਲੀ ਫਲੈਟ ਹੈ, ਅਤੇ ਇਹ ਦੋਨਾਂ ਦੇ ਵਿੱਚ ਜਿਹੜਾ ਅੰਤਰ ਹੈ ਇਹ ਇੰਪੋਰਟ ਨੂੰ ਸ਼ੋਅ ਕਰਦਾ। ਇਨਕਮ ਵਧਣ ਨਾਲ ਕਿਉਂਕਿ ਇੰਪੋਰਟ ਜ਼ਿਆਦਾ ਹੁੰਦਾ ਹੈ ਤਾਂ ਇਸ ਕਰਕੇ ਇਹ ਕਰਵ ਜਿਹੜੀ ਹੈ ਉਹ ਫਲੈਟ ਹੈ। ਤਾਂ ਜੇ ਇਹਦੇ ਵਿੱਚ ਐਕਸਪੋਰਟ ਵੀ ਐਡ ਕਰ ਦਿੰਦੇ ਹਾਂ ਤਾਂ ਕਰਵ ਸਾਡੇ ਕੋਲ ਬਣ ਜਾਂਦੀ ਹੈ ZZ। ਤਾਂ ਇਸ ਡਾਇਗਰਾਮ ਦੇ ਵਿੱਚ ਅਸੀਂ ਕੀਤਾ ਇਸਦਾ ਨੈੱਟ ਐਕਸਪੋਰਟਸ,
ਅਤੇ YTV ਦੇ ਉੱਤੇ ਵੈਲਿਊ ਆਫ ਇੰਪੋਰਟ ਜਿਹੜਾ ਹੈ ਵੈਲਿਊ ਆਫ ਐਕਸਪੋਰਟ ਤੇ ਕੀ ਹੈ ਬਰਾਬਰ। ਫਿਰ ਅਸੀਂ ਗੁਡਸ ਮਾਰਕੀਟ ਇਕੁਲੀਬ੍ਰੀਅਮ ਦੀ ਗੱਲ ਕੀਤੀ ਸੀ ਕਿ ਗੁਡਸ ਮਾਰਕੀਟ ਦੇ ਵਿੱਚ ਕੰਜਮਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗਵਰਨਮੈਂਟ ਐਕਸਪੈਂਡੀਚਰ ਪਲੱਸ ਨੈਟ ਐਕਸਪੋਰਟ ਇਹਨੂੰ ਅਸੀਂ ਐਡ ਕਰ ਲੈਂਦੇ ਹਾਂ, ਜਿੱਥੇ ਦੋਨੋਂ ਇੱਕ ਦੂਜੇ ਨੂੰ ਕੱਢਦੇ ਹਨ ਏ ਬਿੰਦੂ ਦੇ ਉੱਤੇ, ਉੱਥੇ ਜਿਹੜਾ ਹੈ ਸੰਤੁਲਨ ਜਿਹੜਾ ਹੈ ਇਨਕਮ ਪ੍ਰਾਪਤ ਹੁੰਦਾ ਹੈ, ਉੱਥੇ ਗੁਡਸ ਮਾਰਕੀਟ ਜਿਹੜਾ ਹੈ ਸੰਤੁਲਨ ਦੀ ਹਾਲਤ ਵਿੱਚ ਪਾਈ ਗਈ। ਫਿਰ ਅਸੀਂ ਨੈੱਟ ਐਕਸਪੋਰਟ ਦੀ ਗੱਲ ਕੀਤੀ ਸੀ ਅਤੇ ਇਸ ਇਕੁਏਸ਼ਨ ਨੂੰ ਡਿਵੈਲਪ ਕੀਤਾ ਸੀ, ਇਹਦੇ ਇੰਪਲੀਕੇਸ਼ਨਸ ਵੀ ਡਿਸਕਸ ਕੀਤੇ ਸੀ। ਫਿਰ ਅਸੀਂ ਆਈਐਸ ਕਰਵ ਇਨ ਓਪਨ ਇਕੋਨਮੀ ਦੇ ਵਿੱਚ ਗੱਲ ਕੀਤੀ ਸੀ ਕਿ ਆਈਐਸ ਕਰਵ ਜਿੱਥੇ ਓਪਨ LM ਕਰਵ ਨੂੰ ਕੱਢਦੀ ਹੈ ਉੱਥੇ ਗੁਡਸ ਮਾਰਕੀਟ ਅਤੇ ਮਨੀ ਮਾਰਕੀਟ ਦੇ ਵਿੱਚ ਸੰਤੁਲਨ ਜਿਹੜਾ ਹੈ ਸਥਾਪਿਤ ਹੋ। ਥੈਂਕ ਯੂ।